ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਬਹੁਤ ਪਿਆਰ ਭਰੀ ਅਸੀਸ ਤੁਸੀਂ ਦਿੱਤੀ ਹੈ। ਬੜਾ ਪਿਆਰਾ ਕੀਰਤਨ ਚੱਲ ਰਿਹਾ ਸੀ, ਮੇਰੇ ਮਨ ਵਿੱਚ ਫੁਰਨਾ ਉੱਠ ਰਿਹਾ ਸੀ ਕਿ ਮਹਾਂਪੁਰਖ ਗੱਲ ਕਰਦੇ ਹੁੰਦੇ ਨੇ, ਕਹਿੰਦੇ ਨੇ ਇੱਕ ਭੋਜਨ ਭਗਤੀ ਹੁੰਦੀ ਹੈ। ਜਦੋਂ ਕੋਈ ਕਹਿੰਦਾ ਨਾ ਮੈਨੂੰ ਟਾਈਮ ਨਹੀਂ ਮਿਲਿਆ ਸਿਮਰਨ ਕਰਨ ਦਾ, ਨਾਮ ਜਪਣ ਦਾ, ਨਿਤਨੇਮ ਕਰਨ ਦਾ, ਅਤੇ ਦਿਨ ਵਿੱਚ ਤਿੰਨ ਵਾਰੀ ਤਾਂ ਭੋਜਨ ਘੱਟੋ ਘੱਟ ਛਕਦੇ ਹੀ ਆ ਨਾ, ਭੋਜਨ ਛਕਦੇ ਛਕਦੇ ਕਿਵੇਂ ਸਿਮਰਨ ਹੋ ਸਕਦਾ ਹੈ? ਇੱਕ ਤਾਂ ਗੱਲ ਹੈ ਕਿ ਸਾਨੂੰ ਹੁਕਮ ਹੈ ਕਿ ਕੁਝ ਵੀ ਛਕਣਾ ਹੈ ਉਸ ਤੋਂ ਪਹਿਲਾਂ ਨਾਮ ਜਪਣਾ ਹੈ, ਅਤੇ ਜਿਵੇਂ ਜੇ ਨਾਮ ਜਪਣ ਤੋਂ ਬਿਨਾਂ ਕੁਝ ਖਾਈਏ ਤਾਂ ਪਾਤਸ਼ਾਹ ਕਹਿੰਦੇ ਨੇ ਉਹ ਇਸ ਤਰ੍ਹਾਂ ਹੈ ਜਿਵੇਂ ਜਿਹੜਾ ਕੁੱਤਾ ਹੈ ਨਾ ਜੂਠ ਦੇ ਵਿੱਚ ਮੂੰਹ ਪਾਉਂਦਾ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੁੱਕਰ ਖਾਏ। ਵਾਹ ਜੀ ਵਾਹ, ਵਾਹ ਜੀ, ਕਿੰਨੀ ਕਮਾਲ ਦੀ ਗੱਲ ਹੈ ਨਾਮ ਜਪਣ ਦੇ ਨਾਲ। ਅੱਛਾ, ਮੈਂ ਸੋਚਦਾ ਸੀ ਜਦੋਂ ਬੱਚਿਆਂ ਤੁਹਾਡੀ ਉਮਰ ਦੇ ਹੁੰਦੇ ਸੀ, ਸਾਰੇ ਕਹਿੰਦੇ ਸੀ ਨਾ ਖਾਣਾ ਖਾਣ ਲੱਗਿਆਂ, ਭੋਜਨ ਛਕਣ ਲੱਗਿਆਂ ਗੱਲਾਂ ਨਹੀਂ ਕਰਨੀਆਂ। ਫਿਰ ਇਹ ਸੁਣਦੇ ਸੀ ਵੀ ਨਾ ਨਾ ਰੋਟੀ ਖਾਣ ਲੱਗਿਆਂ ਟੀਵੀ ਨਹੀਂ ਦੇਖਣਾ, ਅਖਬਾਰ ਨਹੀਂ ਪੜ੍ਹਨੀ। ਇਸ ਉਮਰ ਹੀ ਜਾ ਕੇ ਸਮਝ ਆਇਆ ਵੀ ਉਹ ਵੀ ਨਹੀਂ ਕਰਨਾ, ਉਹ ਵੀ ਨਹੀਂ ਕਰਨਾ, ਉਹ ਵੀ ਨਹੀਂ ਕਰਨਾ, ਅਤੇ ਕਰਨਾ ਕੀ ਹੈ ਜੀ? ਫਿਰ ਭੋਜਨ ਛਕਦਿਆਂ ਅਸੀਂ ਭਗਤੀ ਕਰਨੀ ਹੈ। ਇੱਕ ਸਮਾਗਮ 'ਤੇ ਅਸੀਂ ਸਾਰੀ ਸੰਗਤ ਨੂੰ ਦੋ ਦੋ ਬਦਾਮ ਵੰਡ ਦਿੱਤੇ ਜੀ, ਦੋ ਚਾਰ ਸਾਲ ਪਹਿਲਾਂ ਲੁਧਿਆਣੇ ਇੱਕ ਸਮਾਗਮ 'ਤੇ, ਅਤੇ ਸਾਰਿਆਂ ਨੂੰ ਕਿਹਾ ਵੀ ਪਹਿਲਾਂ ਬਦਾਮ ਖਾ ਲਓ। ਸਾਰਿਆਂ ਨੇ ਸੰਗਤ 'ਚ ਬੈਠਿਆਂ ਖਾ ਲਿਆ। ਅਸੀਂ ਕਿਹਾ ਹੁਣ ਜਦੋਂ ਦੂਸਰਾ ਬਦਾਮ ਖਾਣਾ ਹੈ ਅਤੇ ਜਦੋਂ ਉਹਨੂੰ ਚਬਾਉਣਾ ਹੈ ਅਤੇ ਕੋਸ਼ਿਸ਼ ਕਰੋ ਵੀ ਚਬਾਉਂਦੇ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਫਿਰ ਪੁੱਛਿਆ ਸੰਗਤ ਨੂੰ, ਭਾਈ ਦੱਸੋ ਪਹਿਲੇ ਬਦਾਮ ਵਿੱਚ ਜ਼ਿਆਦਾ ਮਜ਼ਾ ਆਇਆ ਕਿ ਦੂਜੇ ਬਦਾਮ ਦੇ ਵਿੱਚ? ਸੱਚ ਜਾਣਿਓ ਗੁਰੂ ਪਿਆਰਿਓ, ਜਿਨ੍ਹਾਂ ਦੇ ਮਨ ਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਭੋਜਨ ਦੀ ਬੁਰਕੀ ਮੂੰਹ ਵਿੱਚ ਜਾਂਦਿਆਂ ਹੀ ਸਿਮਰਨ ਚੱਲ ਪਵੇ, ਆਹ ਕਿਆ ਅਵਸਥਾ ਹੋਏਗੀ! ਸਾਡਾ ਸਿਮਰਨ ਕੇਵਲ ਅੰਮ੍ਰਿਤ ਵੇਲੇ ਬੈਠ ਕੇ ਕਰਨ ਵਾਲਾ ਨਹੀਂ ਹੈ, ਉਹ ਤਾਂ ਹੈ ਹੀ ਹੈ, ਉਹ ਤਾਂ ਕਰਨਾ ਹੀ ਕਰਨਾ, ਪਰ ਸਿੱਖ ਦਾ ਸਿਮਰਨ 24 ਘੰਟੇ ਦਾ ਹੈ। ਪਾਤਸ਼ਾਹ ਕਹਿੰਦੇ ਨੇ ਅੱਠੇ ਪਹਿਰ ਇੱਕ ਤੈ ਲਿਵੈ। ਸਾਰੇ ਕਿਰਪਾ ਕਰੋ ਜੀ, ਅੱਠੇ ਪੈਰ ਦਾ ਮਤਲਬ ਕੀ ਹੋਇਆ? ਬੱਚਿਆਂ ਨੂੰ ਦੱਸਣ ਦਿਓ ਜੀ। ਅਸੀਂ ਅੱਜ ਕੱਲ੍ਹ ਇੱਕ ਦਿਨ 'ਚ ਕਿੰਨੇ ਘੰਟੇ ਹੁੰਦੇ ਨੇ? 24 ਘੰਟੇ। ਅੱਜ ਕੱਲ੍ਹ ਅਸੀਂ ਇਹੀ ਪੜ੍ਹਦੇ ਹਾਂ, ਇਹੀ ਪੜ੍ਹਾਇਆ ਜਾਂਦਾ, ਪਰ ਪਹਿਲਾਂ ਪੜ੍ਹਾਇਆ ਜਾਂਦਾ ਸੀ ਜੀ ਕਿ ਇੱਕ ਦਿਨ ਦੇ ਵਿੱਚ 8 ਪਹਿਰ ਹੁੰਦੇ ਨੇ, ਯਾਨੀ 8 ਪਹਿਰ ਕਿੰਨੇ ਘੰਟਿਆਂ ਦੇ ਬਰਾਬਰ ਹੋ ਗਏ? 24 ਘੰਟਿਆਂ ਦੇ। ਅਤੇ ਇੱਕ ਪੈਰ ਵਿੱਚ ਕਿੰਨੇ ਘੰਟੇ ਆ ਜਾਣਗੇ? ਕਰੋ ਜੀ ਮੈਥਮੈਟਿਕਸ, ਪਤਾ ਲੱਗ ਜਾਏਗਾ, 3 ਘੰਟੇ, 8 + 24। ਅਤੇ ਪਾਤਸ਼ਾਹ ਫੁਰਮਾਨ ਕਰਦੇ ਨੇ ਅੱਠੇ ਪੈਰ ਉਹਦੇ ਨਾਲ ਜੁੜੇ ਰਹੋ, ਯਾਨੀ 24 ਘੰਟੇ ਜੁੜੇ ਰਹੋ। ਹੁਣ ਭੋਜਨ ਛਕਦਿਆਂ ਵੀ ਜੁੜੇ ਰਹੋ। ਸਾਡੇ ਇੱਕ ਵੀਰ ਨੇ ਲੁਧਿਆਣੇ, ਮਨਾ ਕਰਦੇ ਨੇ ਮੇਰਾ ਨਾਂ ਨਹੀਂ ਦੱਸਣਾ, ਪਰ ਕਿਤੇ ਉਹ ਦੱਸ ਬੈਠੇ, ਕਹਿੰਦੇ ਜੀ ਜਦੋਂ ਮੈਂ ਆਪਣੇ ਦਫ਼ਤਰ ਦੇ ਵਿੱਚ ਦੁਪਹਿਰ ਵੇਲੇ ਰੋਟੀ ਖਾਂਦਾ ਅਤੇ ਮੈਂ ਇਕੱਲਾ ਹੀ ਹੁੰਦਾ, ਆਪਣਾ ਕਮਰਾ ਬੰਦ ਕਰ ਦਿੰਦਾ, ਦਰਵਾਜ਼ਾ ਢੋ ਦਿੰਦਾ, ਭੋਜਨ ਖੋਲ੍ਹ ਕੇ ਪਹਿਲਾਂ ਜੋ ਵੀ ਪਾਠ, ਕੋਈ ਦੱਦਾ ਦਾਤਾ ਏਕ ਹੈ ਜਾਂ ਕਾਮ ਕ੍ਰੋਧ ਅਰ ਲੋਭ ਮੋਹ, ਜੋ ਵੀ ਸ਼ਬਦ ਬਣੇ ਨੇ ਉਹ ਪੜ੍ਹ ਕੇ, ਫਤਿਹ ਬੁਲਾ ਕੇ, ਜੈਕਾਰਾ ਬੁਲਾ ਕੇ, ਕਹਿੰਦੇ ਜੀ ਫਿਰ ਮੈਂ ਹੱਥ ਜੋੜ ਕੇ ਭੋਜਨ ਨਾਲ ਦੇਖ ਕੇ ਮੁਸਕੁਰਾਉਂਦਾ, ਹੱਸਦਾ, ਖੁਸ਼ ਹੁੰਦਾ।
ਕਿ ਪਾਤਸ਼ਾਹ ਤੂੰ ਮੈਨੂੰ ਭੋਜਨ ਦਿੱਤਾ। ਮੈਨੂੰ ਲੱਗਦਾ ਨਾਮ ਜਪਣਾ ਇਹ ਇੱਕ ਫਾਰਮੈਲਿਟੀ ਨਹੀਂ ਹੈ ਕਿ ਭੋਜਨ ਤੋਂ ਪਹਿਲਾਂ ਜੈਕਾਰਾ ਬੁਲਾਉਣਾ। ਅੱਜ ਕੱਲ੍ਹ ਸਾਡੀ ਖਿਮਾ ਕਰਨਾ ਫਾਰਮੈਲਿਟੀ ਬਣ ਗਈ ਹੈ ਵੀ ਪ੍ਰਸ਼ਾਦਾ ਛਕਣਾ ਜੈਕਾਰਾ ਬੁਲਾਓ ਜੀ। ਅਸਲ ਵਿੱਚ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਕਾਲ ਪੁਰਖ ਦਾ ਧੰਨਵਾਦ ਕਿ ਤੁਸੀਂ ਮੈਨੂੰ ਮੇਰੇ 'ਤੇ ਬਖਸ਼ਿਸ਼ ਕੀਤੀ, ਔਰ ਫਿਰ ਪ੍ਰਸ਼ਾਦਾ ਛਕਣ ਲੱਗਿਆਂ ਹਰ ਬੁਰਕੀ ਜਦੋਂ ਮੂੰਹ ਦੇ ਵਿੱਚ ਚੱਲੇ ਵਾਹ ਗੁਰੂ ਵਾਹ ਗੁਰੂ। ਸਤਸੰਗਤ ਜੀ ਕਰਕੇ ਦੇਖਣਾ, ਜਿਸ ਦਿਨ ਕਰਦੇ ਹਾਂ ਉਸ ਦਿਨ ਬੜਾ ਆਨੰਦ ਆਉਂਦਾ, ਪਰ ਸਮੱਸਿਆ ਇਹ ਵੀ ਭੁੱਲ ਜਾਂਦੇ ਹਾਂ, ਮੈਂ ਵੀ ਭੁੱਲ ਜਾਂਦਾ, ਪਰ ਯਤਨ ਇਹ ਜ਼ਰੂਰ ਹੁੰਦਾ ਕਿ ਅਸੀਂ ਯਾਦ ਕਰੀਏ, ਇੱਕ ਦੂਜੇ ਨੂੰ ਯਾਦ ਕਰਾਈਏ ਕਿ ਭੋਜਨ ਭਗਤੀ ਕਰਨੀ ਹੈ। ਇਸ ਤਰ੍ਹਾਂ ਹੀ ਸੰਤ ਅਤਰ ਸਿੰਘ ਜੀ ਮਹਾਰਾਜ ਬੜੇ ਮਹਾਂਪੁਰਖ, ਪਹਿਲੀ ਵਾਰੀ ਕੌਮ ਦੇ ਵਿੱਚ ਕਿਸੇ ਨੂੰ ਸੰਤ ਦੀ ਉਪਾਧੀ ਦਿੱਤੀ ਗਈ ਸੰਗਤ ਵੱਲੋਂ, ਅਤੇ ਉਹ ਸੰਤ ਅਤਰ ਸਿੰਘ ਜੀ ਨੂੰ ਦਿੱਤੀ ਗਈ ਮਸਤੂਆਣਾ ਸਾਹਿਬ ਵਾਲਿਆਂ। ਇਹਨਾਂ ਤੋਂ ਪਹਿਲਾਂ ਇਤਿਹਾਸ ਵਿੱਚ ਕਿਸੇ ਦੇ ਨਾਮ ਨਾਲ ਸੰਤ ਸ਼ਬਦ ਨਹੀਂ ਮਿਲਦਾ, ਪਹਿਲਾਂ ਸਾਰੇ ਭਾਈ ਦਾ ਹੀ ਸੰਬੋਧਨ ਸੀ। ਹੁਣ ਤਾਂ ਇਹ ਹੋ ਗਿਆ ਹਰ ਕੋਈ ਆਪਣੇ ਨਾਮ ਨਾਲ ਆਪੇ ਹੀ ਲਾ ਲੈਂਦਾ, ਪਰ ਜਿਹੜੇ ਸੂਝਵਾਨ ਹੋ ਰਹੇ ਨੇ ਉਹ ਬਦਲ ਰਹੇ ਨੇ। ਜਿਹੜੇ ਕੋਈ ਪਹਿਲਾਂ ਸੰਤ ਲਾਉਂਦੇ ਸੀ ਉਹਨੂੰ ਭਾਈ ਲਗਾਉਣਾ ਸ਼ੁਰੂ ਹੋ ਗਏ। ਪਰ ਚਲੋ, ਸੰਤ ਅਤਰ ਸਿੰਘ ਜੀ ਦੀ ਬੜੀ ਬਖਸ਼ਿਸ਼, ਅੱਜ ਕੱਲ੍ਹ ਬੜੂ ਸਾਹਿਬ ਦੀ ਅਕਾਲ ਅਕੈਡਮੀਆਂ ਦੀ ਵਿੱਦਿਆ ਦੀ ਬਹੁਤ ਵੱਡੀ ਲਹਿਰ ਪੰਜਾਬ ਵਿੱਚ ਚੱਲ ਰਹੀ ਹੈ, ਬੜੀ ਕਮਾਲ ਦੀ ਸੇਵਾ ਹੈ। ਉਹਨਾਂ ਬਾਰੇ ਮਸ਼ਹੂਰ ਸੀ ਕਿ ਜਦੋਂ ਉਹ ਪੈਦਲ ਤੁਰਦੇ ਸੀ ਤੇ ਇੱਕ ਪੈਰ ਨਾਲ ਵਾਹ ਦੂਜੇ ਨਾਲ ਗੁਰੂ ਵਾਹ ਗੁਰੂ ਵਾਹ ਗੁਰੂ। ਆਪਾਂ ਪੌੜੀਆਂ ਚੜ੍ਹ ਕੇ ਆਏ ਹਾਂ, ਬਹੁਤੀ ਵਾਰੀ ਦੋ ਜਣੇ ਗੱਲਾਂ ਕਰਦੇ ਕਰਦੇ ਚੜ੍ਹ ਆਉਂਦੇ ਹਾਂ, ਪਰ ਜਦੋਂ ਇਕੱਲੇ ਚੜ੍ਹਦੇ ਹੋਈਏ ਤੇ ਇੱਕ ਪੈਰ ਨਾਲ ਇੱਕ ਪੌੜੀ ਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇਸ ਤਰ੍ਹਾਂ ਹੀ ਉਤਰਦਿਆਂ ਵੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਪਾਤਸ਼ਾਹ ਫਰਮਾਉਂਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸਾਡਾ ਸਿਮਰਨ ਚੌਂਕੜੀ ਲਗਾ ਕੇ ਬੈਠਣ ਵਾਲਾ ਸਿਮਰਨ ਕੇਵਲ ਇਹੀ ਸਿਮਰਨ ਨਹੀਂ ਹੈ, ਸਾਡਾ ਸਿਮਰਨ ਹੈ ਵਾਕਿੰਗ ਸਿਮਰਨ, ਸਾਡਾ ਸਿਮਰਨ ਹੈ ਟਾਕਿੰਗ ਸਿਮਰਨ, ਸਾਡਾ ਸਿਮਰਨ ਹੈ ਲਾਫਿੰਗ ਸਿਮਰਨ, ਸਾਡਾ ਸਿਮਰਨ ਹੈ ਈਟਿੰਗ ਸਿਮਰਨ, ਆਲਵੇਜ ਸਿਮਰਨ, ਹਰ ਵੇਲੇ ਸਿਮਰਨ। ਤੇ ਸਿਮਰਨ ਦਾ ਭਾਵ ਕੇਵਲ ਵਾਹਿਗੁਰੂ ਕਹਿਣਾ ਨਹੀਂ ਹੈ, ਸਿਮਰਨ ਦਾ ਭਾਵ ਹੈ ਪਰਮਾਤਮਾ ਦੀ ਯਾਦ ਬਣੇ ਰਹਿਣਾ, ਤੇ ਜਦੋਂ ਯਾਦ ਬਣੀ ਰਹੇਗੀ ਤੇ ਫਿਰ ਕੀ ਹੋਏਗਾ, ਅਸੀਂ ਖੁਸ਼ ਰਵਾਂਗੇ ਖਿੜੇ ਰਵਾਂਗੇ। ਇਹ ਬਲਬ ਕਦ ਤੱਕ ਜਗਦਾ ਰਹੇਗਾ ਜੀ, ਕਦ ਤੱਕ ਜਗਦਾ ਰਹੇਗਾ, ਜਦ ਤੱਕ ਇਹ ਬਿਜਲੀ ਦੇ ਸੋਰਸ ਨਾਲ ਜੁੜਿਆ ਹੈ, ਇਹ ਜੁੜਿਆ ਤੇ ਖਿੜਿਆ। ਹੁਣ ਇਹ ਸਵਿੱਚ ਆਫ ਕਰ ਦਾਂਗੇ ਇਹਦਾ ਸੰਬੰਧ ਟੁੱਟ ਜਾਏਗਾ ਤੇ ਇਹ ਬੁੱਝ ਜਾਏਗਾ, ਮੁਰਝਾ ਜਾਏਗਾ। ਸਿੰਪਲ ਜੀ ਗੱਲ, ਜੇ ਮਨ ਮੁਰਝਾ ਜਾਵੇ ਸਮਝ ਲਓ ਗੁਰਬਾਣੀ ਨਾਲ ਸਾਡਾ ਕੁਨੈਕਸ਼ਨ ਟੁੱਟ ਗਿਆ, ਤੇ ਜੇ ਮਨ ਖਿੜਿਆ ਹੋਇਆ ਆਨੰਦ ਵਿੱਚ ਹੈ ਤੇ ਸਮਝੀਏ ਜੁੜੇ ਹੋਏ, ਜੁੜੇ ਹਾਂ ਤੇ ਖਿੜੇ ਹਾਂ। ਸਾਰੇ ਬੋਲੋ ਜੀ, ਜੁੜੇ ਹਾਂ ਤੇ ਖਿੜੇ ਹਾਂ, ਤੇ ਜੇ ਟੁੱਟ ਗਏ ਤੇ ਫਿਰ ਮੁਰਝਾ ਗਏ, ਫਿਰ ਬੁੱਝ ਗਏ। ਬਹੁਤ ਪਿਆਰਾ ਕੀਰਤਨ ਬੇਟਾ ਕਰ ਰਿਹਾ ਸੀ, ਬਹੁਤ ਇੱਥੇ ਦੀ ਸੰਗਤ ਨੂੰ ਵਧਾਈ। ਸਿਮਰਨ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਮੈਂ ਅੱਜ ਦੇ ਵਿਸ਼ੇ 'ਤੇ ਆਉਣਾ ਚਾਹੁੰਦਾ ਹਾਂ। ਮੇਰਾ ਵਿਸ਼ਾ ਅੱਜ ਦਾ ਹੈ ਚੜ੍ਹਦੀ ਕਲਾ। ਸਾਰੇ ਬੋਲੋ ਜੀ, ਕੀ ਵਿਸ਼ਾ ਹੈ? ਇੱਕ ਵਾਰੀ ਫਿਰ ਬੋਲਿਓ ਜੀ, ਚੜ੍ਹਦੀ ਕਲਾ। ਬੋਲ ਕੇ ਕੀ ਆ ਗਈ ਦੱਸੋ ਜੀ, ਚੜ੍ਹਦੀ ਕਲਾ ਬੋਲ ਕੇ ਹੀ ਚੜ੍ਹਦੀ ਕਲਾ ਆ ਗਈ। ਕਿਆ ਬਾਤ ਹੈ, ਕਿਆ ਸ਼ਬਦ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ। ਰੋਜ਼ ਅਸੀਂ ਦੋ ਵਾਰੀ ਘੱਟੋ ਘੱਟ ਜ਼ਰੂਰ ਬੋਲਦੇ ਹਾਂ ਚੜ੍ਹਦੀ ਕਲਾ। ਕਦੋਂ ਜੀ? ਨਾਨਕ ਨਾਮ ਚੜ੍ਹਦੀ ਕਲਾ ਆਣੇ ਸਰਬੱਤ ਦਾ।
ਚੜ੍ਹਦੀ ਕਲਾ ਦਾ ਭਾਵ ਹੈ ਖੁਸ਼, ਆਨੰਦ, ਖੇੜਾ, ਸੋਚ ਦਾ ਉਤਾਂਹ ਨੂੰ ਜਾਣਾ, ਸੁਰਤ ਦਾ ਉੱਪਰ ਉੱਠਣਾ। ਤੇ ਇਹਦਾ ਉਲਟਾ ਸ਼ਬਦ ਕੀ ਹੈ? ਢਹਿੰਦੀ ਕਲਾ। ਚੜ੍ਹਦੀ ਕਲਾ ਵਿਗਾਸ ਹੈ ਤੇ ਢਹਿੰਦੀ ਕਲਾ ਸਾਡੀ ਨਿਰਾਸ਼ਾ ਹੈ, ਸਾਡੀ ਉਦਾਸੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਨੂੰ ਖਿਮਾ ਕਰਨਾ, ਅੱਜ ਸਾਡਾ ਪੰਜਾਬ ਉਦਾਸ ਪੰਜਾਬ ਹੋ ਗਿਆ ਹੈ। ਅਸੀਂ ਬਹੁਤੇ ਕਰਕੇ ਕਿਸੇ ਨੂੰ ਪੁੱਛੀਏ ਕੀ ਹਾਲ ਹੈ ਤੇ ਜਵਾਬ ਮਿਲਦਾ ਜਿਹੜਾ ਸਮਾਂ ਲੰਘ ਜਾਏ ਜੀ, ਜਾਂ ਸਾਡੇ ਦੁੱਖ ਦੀਆਂ ਪੰਡਾਂ ਖੁੱਲਦੀਆਂ ਨੇ, ਸੁੱਖ ਨਾ ਨਿਕਲਿਓ ਕੋਈ, ਕਿਸੇ ਨੂੰ ਥੋੜ੍ਹਾ ਜਿਹਾ ਹਿੱਤ ਕਰਕੇ ਦੇਖ ਲਓ ਤੇ ਦੁੱਖ ਹੀ ਦੁੱਖ ਨਿਕਲਦਾ ਹੈ। ਕਿਸੇ ਨੂੰ ਪਰਿਵਾਰ ਦਾ ਦੁੱਖ ਹੈ, ਕਿਸੇ ਨੂੰ ਸਰੀਰਕ ਰੋਗ ਹੈ, ਕਿਸੇ ਨੂੰ ਚਿੰਤਾ ਹੈ, ਕਿਤੇ ਲੜਾਈ ਝਗੜਾ ਹੈ, ਕਿਤੇ ਪੈਸੇ ਦੀ ਸਮੱਸਿਆ ਹੈ। ਪੰਜਾਬ ਦੀ ਹਾਲਤ ਇੱਥੋਂ ਤੱਕ ਹੋ ਗਈ ਕਿ ਅੱਜ ਪੰਜਾਬ ਦੀ ਹਰ ਅਖਬਾਰ ਦੇ ਵਿੱਚ ਹਰ ਰੋਜ਼ ਇੱਕ ਖਬਰ ਜ਼ਰੂਰ ਹੀ ਹੁੰਦੀ ਹੈ, ਬਾਕੀ ਖਬਰਾਂ ਕਦੇ ਕਦੇ ਆਉਂਦੀਆਂ ਨੇ, ਇਹ ਵਾਲੀ ਖਬਰ ਜ਼ਰੂਰ ਹੀ ਹੁੰਦੀ ਹੈ। ਕਿਹੜੀ ਜੀ? ਖੁਦਕੁਸ਼ੀਆਂ ਦੀ, ਸੁਇਸਾਈਡ ਦੀ, ਆਪਣੇ ਆਪ ਨੂੰ ਖਤਮ ਕਰ ਲੈਣਾ। ਮੈਂ ਕਦੇ ਕਦੇ ਸੋਚਦਾ ਜਿੰਨੀ ਮੁਸ਼ਕਿਲ, ਆਮ ਲੋਕ ਇਹੀ ਕਹਿੰਦੇ ਨਾ ਵੀ ਇਹ ਅਖਬਾਰਾਂ ਵਿੱਚ ਤਾਂ ਆਉਂਦਾ ਕਰਜ਼ੇ ਕਰਕੇ ਖੁਦਕੁਸ਼ੀਆਂ ਹੋ ਰਹੀਆਂ ਨੇ। ਕਰਜ਼ਾ ਇੱਕ ਕਾਰਨ ਜੇ, ਛੋਟਾ ਜਿਹਾ ਕਾਰਨ, ਕਰਜ਼ੇ ਨਾਲ ਹੋਰ ਬਹੁਤ ਕੁਛ ਜੁੜਿਆ ਹੈ। ਅੱਜ ਅਸੀਂ ਇਹਨਾਂ ਸਮੱਸਿਆਵਾਂ 'ਤੇ ਵਿਚਾਰ ਕਰਾਂਗੇ। ਘਰ ਦੀ ਲੜਾਈਆਂ ਨੇ, ਨਸ਼ਾ ਹੈ, ਬਿਮਾਰੀਆਂ ਨੇ, ਡਿਪਰੈਸ਼ਨ ਹੈ, ਉਦਾਸੀ ਹੈ। ਕਰਜ਼ੇ ਦੇ ਕਈ ਕਾਰਨ। ਮੈਂ ਸੋਚਦਾ ਵੀ ਜਿੰਨੀ ਮੁਸ਼ਕਿਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ 'ਤੇ ਆਈ, ਜੇ ਉਸ ਤੋਂ ਵੱਧ ਮੁਸ਼ਕਿਲ ਸਾਡੇ 'ਤੇ ਆਵੇ ਨਾ, ਫਿਰ ਅਸੀਂ ਕਹੀਏ ਡਿਪਰੈਸ਼ਨ ਹੋ ਗਿਆ। ਦੱਸੋ ਜੀ, ਦਸਵੇਂ ਪਾਤਸ਼ਾਹ, ਚਾਰ ਉਹਨਾਂ ਦੇ ਸਾਹਿਬਜ਼ਾਦੇ, ਚਾਰੇ ਸ਼ਹੀਦ ਹੋ ਗਏ, ਚਾਰ ਬੱਚੇ, ਚਾਰੇ ਮੁੰਡੇ, ਚਾਰੇ ਸ਼ਹੀਦ ਹੋ ਗਏ। ਮਾਛੀਵਾੜੇ ਦੇ ਜੰਗਲਾਂ ਵਿੱਚ ਪਾਤਸ਼ਾਹ ਇਕੱਲੇ ਹੀ। ਥੋੜ੍ਹਾ ਸੋਚ ਕੇ ਦੇਖੀਏ, ਪੰਜਾਬ ਦੀ ਧਰਤੀ 'ਤੇ ਬੈਠੇ ਹਾਂ ਅਤੇ ਇਤਿਹਾਸ ਕੋਈ ਹਜ਼ਾਰਾਂ ਸਾਲ ਪੁਰਾਣਾ ਨਹੀਂ। ਹੁਣ ਦਾ ਸਮਾਂ 350 ਸਾਲ ਪੁਰਾਣੀ ਗੱਲ ਇੰਨੀ ਹੈ ਨਾ ਜੀ। 7ਵੀਂ 4ਵੀਂ 5ਵੀਂ ਪੀੜ੍ਹੀ ਕਹਿ ਸਕਦੇ ਹਾਂ, ਉਹਨਾਂ ਨੇ ਦੇਖਿਆ, ਗੁਰੂ ਸਾਹਿਬ ਦੀ ਸੰਗਤ ਕੀਤੀ। ਮਾਛੀਵਾੜੇ ਦੇ ਜੰਗਲਾਂ ਵਿੱਚ ਕਲਗੀਧਰ ਪਾਤਸ਼ਾਹ ਇਕੱਲੇ, ਕੀ ਖਾਧਾ ਹੋਏਗਾ ਉਹ 6-7-8-10 ਦਿਨਾਂ 'ਚ ਪਾਤਸ਼ਾਹ ਨੇ? ਇਹ ਤਾਂ ਇਸ਼ਾਰੇ ਮਿਲਦੇ ਨੇ ਵੀ ਰਾਤੀ ਢੀਮ ਦਾ ਸਰਾਣਾ ਲੈ ਕੇ ਸੌਂਦੇ ਸੀ ਪਾਤਸ਼ਾਹ ਜੰਗਲ ਵਿੱਚ, ਸਰਦੀਆਂ ਦੇ ਦਿਨਾਂ ਵਿੱਚ ਉੱਪਰ ਕੀ ਓੜਦੇ ਸਨ। ਕੀ ਇੰਨੀ ਮੁਸ਼ਕਿਲ ਸਾਡੇ 'ਤੇ ਆ ਗਈ ਹੈ ਪੰਜਾਬ ਵਾਲਿਆਂ 'ਤੇ? ਨਹੀਂ ਆਈ। ਪੰਜਾਬ ਦੇ ਲੋਕ ਜੁਝਾਰੂ ਸਨ, ਜੂਝਦੇ ਸਨ। ਇੰਨੀ ਬਿਪਤਾ ਤੋਂ ਬਾਅਦ ਪਾਤਸ਼ਾਹ ਨੇ ਲਿਖਿਆ ਜ਼ਫਰਨਾਮਾ, ਜਿੱਤ ਦੀ ਚਿੱਠੀ, ਔਰ ਉਹੀ ਸਪਿਰਿਟ ਸਾਡੇ ਅੰਦਰ ਸੀ। ਖਾਲਸਾ ਦੂਜਿਆਂ ਦੀ ਮੁਸ਼ਕਿਲਾਂ ਹੱਲ ਕਰਨ ਲਈ ਆਪਣੀ ਜਾਨ ਵਾਰ ਦਿੰਦਾ ਸੀ, ਪਰ ਅੱਜ ਪੰਜਾਬ ਨੂੰ ਕੀ ਹੋ ਗਿਆ, ਆਪਣੀਆਂ ਮੁਸ਼ਕਿਲਾਂ ਹੀ ਨਹੀਂ ਸੰਭਾਲ ਪਾ ਰਹੇ। ਸਤ ਸੰਗਤ ਜੀ, ਜ਼ਰੂਰ ਸਾਡੀ ਸੋਚ ਵਿੱਚ ਚੇਂਜ ਆ ਗਈ ਹੈ, ਸਾਡੀ ਸੋਚ ਬਦਲ ਗਈ ਹੈ। ਅਤੇ ਖਿਮਾ ਕਰਨਾ, ਅਸੀਂ ਮਾਤਾ ਪਿਤਾ ਵੀ ਨਾ ਆਪਣੇ ਬੱਚਿਆਂ ਦੀ ਪੇਰੈਂਟਿੰਗ, ਉਹਨਾਂ ਦਾ ਪਾਲਣ ਪੋਸ਼ਣ ਠੀਕ ਨਹੀਂ ਕਰ ਰਹੇ। ਅਸੀਂ ਫਾਈਨੈਂਸਰ ਬਣ ਗਏ, ਅਸੀਂ ਸੋਚਦੇ ਹਾਂ ਬੱਚੇ ਨੂੰ ਪੈਸਾ ਦੇ ਦਿੱਤਾ, ਬੱਚੇ ਨੂੰ ਵਧੀਆ ਸਕੂਲ ਪਾ ਦਿੱਤਾ, ਵਧੀਆ ਕਿਤਾਬਾਂ ਲੈ ਦਿੱਤੀਆਂ ਨੇ, ਵਧੀਆ ਖਿਡੌਣੇ ਲੈ ਦਿੱਤੇ ਨੇ, ਬੱਚੇ ਨੂੰ ਮੋਟਰਸਾਈਕਲ ਲੈ ਦਿੱਤਾ, ਬਸ ਸਾਡੀ ਜ਼ਿੰਮੇਵਾਰੀ ਇਹੀ ਹੈ। ਹੁਣੇ ਵੀਰ ਜੀ ਛੋਟੇ ਜਿਹੇ ਬੱਚੇ ਨਾਲ ਮਿਲਾ ਰਹੇ ਸਨ, ਕਹਿੰਦੇ ਸੀ ਇਹ ਕੀਰਤਨ ਕਰ ਲੈਂਦਾ। ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸੱਚਾ ਪਿਆਰ ਕਰਦੇ ਨੇ,
ਉਹ ਆਪਣੇ ਬੱਚਿਆਂ ਨੂੰ ਆਪਣਾ ਵਿਰਸਾ ਦਿੰਦੇ ਨੇ ਤੇ ਜਿਹੜੇ ਮਾਤਾ ਪਿਤਾ ਇਸ ਜ਼ਿੰਮੇਵਾਰੀ ਪ੍ਰਤੀ ਅਵੇਸਲੇ ਨੇ ਉਹਨਾਂ ਦੇ ਬੱਚੇ ਵੱਡੇ ਹੋ ਕੇ ਜਦੋਂ ਹੱਥੋਂ ਨਿਕਲ ਜਾਂਦੇ ਨੇ ਫਿਰ ਉਹ ਬੜਾ ਕੁਰਲਾਉਂਦੇ ਨੇ ਨਸ਼ਾ ਕਰਨ ਲੱਗ ਪਿਆ ਮਾੜੀ ਸੰਗਤ ਵਿੱਚ ਚਲਾ ਗਿਆ ਆਓ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਏ ਤੇ ਇਕੱਲੀ ਇਹ ਨਹੀਂ ਮੈਂ ਕਹਿਣਾ ਸ਼ੁਰੂ ਕੀਤਾ ਅਸੀਂ ਆਪਣੀ ਔਲਾਦ ਨੂੰ ਆਪਣੇ ਬੱਚਿਆਂ ਨੂੰ ਮੁਸ਼ਕਿਲਾਂ ਝੇਲਣ ਲਈ ਤਿਆਰ ਕਰੀਏ ਇੱਕ ਨਾਰਾ ਬਣਾਇਆ ਕਿ ਮੁਸ਼ਕਿਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਨੇ ਬੋਲੇ ਜੀ ਸਾਰੇ ਜਣੇ ਇਹਦਾ ਮਤਲਬ ਮੁਸ਼ਕਿਲਾਂ ਆਉਣੀਆਂ ਚਾਹੀਦੀਆਂ ਨੇ ਕਿ ਨਹੀਂ ਆਉਣੀਆਂ ਚਾਹੀਦੀਆਂ ਨੇ ਪਰ ਅਸੀਂ ਕਦੇ ਵੀ ਅਰਦਾਸ ਵਿੱਚ ਵਾਹਿਗੁਰੂ ਜੀ ਨੇ ਨਹੀਂ ਕਿਹਾ ਵਾਹਿਗੁਰੂ ਜੀ ਮੁਸ਼ਕਿਲਾਂ ਦਿਓ ਕਦੇ ਕਿਸੇ ਨੇ ਕਿਹਾ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਨਾਨਕ ਬੋਲਣ ਚੱਖਣਾ ਇਹ ਬੋਲਣਾ ਝੱਖ ਮਾਰਨਾ ਹੈ ਕੀ ਬੋਲਣਾ ਝੱਖ ਮਾਰਨਾ ਦੁੱਖ ਛੱਡ ਮੰਗੀ ਹੈ ਸੁੱਖ ਅਸੀਂ ਸਾਰੇ ਹੀ ਮੰਗਦੇ ਹਾਂ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਇਹ ਤਾਂ ਝੱਖ ਮਾਰਨ ਦੇ ਬਰਾਬਰ ਹੈ ਕਿਉਂ ਜੀ ਅਗਲੀ ਲਾਈਨ ਚ ਪਾਤਸ਼ਾਹ ਕਹਿੰਦੇ ਨੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਰੋਜ਼ ਇੱਕੋ ਹੀ ਸ਼ਰਟ ਤਾਂ ਨਹੀਂ ਪਾਉਂਦੇ ਆਪਾਂ ਜੀ ਬਦਲ ਬਦਲ ਕੇ ਕੱਪੜੇ ਪਾਉਂਦੇ ਜਿਵੇਂ ਕੱਪੜੇ ਬਦਲਦੇ ਹਾਂ ਐਵੇਂ ਸਾਡੇ ਹਾਲਾਤ ਬਦਲਦੇ ਨੇ ਕਦੇ ਸੁੱਖ ਆ ਜਾਂਦਾ ਕਦੇ ਦੁੱਖ ਆ ਜਾਂਦਾ ਆਪਣੀ ਸੋਚ ਨੂੰ ਵੀ ਤਿਆਰ ਰੱਖੀਏ ਬੱਚਿਆਂ ਦੀ ਘਾੜਤ ਵੀ ਐਸੀ ਕਰੀਏ ਕਿ ਭਾਈ ਜੇ ਸੁੱਖ ਆਇਆ ਇਹਨੇ ਵੀ ਸਦਾ ਨਹੀਂ ਰਹਿਣਾ ਤੇ ਜੇ ਦੁੱਖ ਆਇਆ ਇਹਨੇ ਵੀ ਸਦਾ ਨਹੀਂ ਰਹਿਣਾ ਪਿੰਡਾਂ 'ਚ ਪੁਰਾਣੇ ਕਿਹਾ ਜਾਂਦਾ ਸੀ ਕਿ ਮੁਸ਼ਕਿਲਾਂ ਆਉਂਦੀਆਂ ਘੋੜੇ 'ਤੇ ਨੇ ਜਾਂਦੀਆਂ ਪੈਦਲ ਨੇ ਇਹਦਾ ਮਤਲਬ ਕੀ ਹੋਇਆ ਜੀ ਘੋੜੇ 'ਤੇ ਆਉਂਦੀਆਂ ਸੱਚੀ ਮੁੱਚੀ ਘੋੜੇ 'ਤੇ ਆਉਣ ਦਾ ਮਤਲਬ ਜਲ ਤੇਜ਼ੀ ਨਾਲ ਇੱਕਦਮ ਹੀ ਆ ਗਈ ਹੁਣੇ ਬਾਹਰ ਨਿਕਲੇ ਐਕਸੀਡੈਂਟ ਹੋ ਗਿਆ ਇੱਕਦਮ ਮੁਸ਼ਕਿਲ ਆ ਗਈ ਇੱਕ ਮਿੰਟ 'ਚ ਆ ਗਈ ਜਾਂਦਿਆਂ ਉਹਦਾ ਐਕਸੀਡੈਂਟ ਦਾ ਅਸਰ ਜਾਂਦਿਆਂ 2 ਮਹੀਨੇ 4 ਮਹੀਨੇ ਲੱਗ ਗਏ ਇਹ ਪਿੰਡਾਂ 'ਚ ਆਮ ਕਿਹਾ ਜਾਂਦਾ ਸੀ ਸਾਡੀ ਅਸਲ ਪੜ੍ਹਾਈ ਇਹ ਹੁੰਦੀ ਸੀ ਜੀਵਨ ਦੀ ਪੜ੍ਹਾਈ ਹੁਣ ਅਸੀਂ ਮੈਥੇਮੈਟਿਕਸ ਦੀ ਸਾਇੰਸ ਦੀ ਇੰਗਲਿਸ਼ ਦੀ ਪੜ੍ਹਾਈ ਕਰਦੇ ਹਾਂ ਜੀਵਨ ਦੀ ਪੜ੍ਹਾਈ ਕੋਈ ਕਰਾਉਂਦਾ ਹੀ ਨਹੀਂ ਨਾ ਕੋਈ ਟੀਚਰ ਕਰਾਉਂਦਾ ਨਾ ਕੋਈ ਸਕੂਲ ਕਰਾਉਂਦਾ ਅਤੇ ਖਿਮਾ ਕਰਨਾ ਨਾ ਅਸੀਂ ਮਾਤਾ ਪਿਤਾ ਕਰਾਉਂਦੇ ਹਾਂ ਜੀਵਨ ਦੀ ਪੜ੍ਹਾਈ ਇਹ ਹੈ ਕਿ ਅਸੀਂ ਬੱਚਿਆਂ ਨੂੰ ਮੁਸ਼ਕਿਲਾਂ ਲਈ ਤਿਆਰ ਕਰੀਏ ਉਹਨਾਂ ਨੂੰ ਕਹੀਏ ਲਾਈਫ ਇਜ਼ ਨਾਟ ਏ ਬੈੱਡ ਆਫ ਰੋਜ਼ਿਸ ਬੇਟਾ ਇੱਥੇ ਮੁਸ਼ਕਿਲਾਂ ਆਉਣੀਆਂ ਹੀ ਆਉਣੀਆਂ ਨੇ ਅੱਛਾ ਮੁਸ਼ਕਿਲਾਂ ਮਜ਼ਬੂਤ ਕਿਵੇਂ ਬਣਾਉਂਦੀਆਂ ਨੇ ਜੀ ਸਪੋਜ਼ ਕਰੋ ਮੇਰੇ 'ਤੇ ਇੱਕ ਮੁਸ਼ਕਿਲ ਆ ਗਈ ਮੈਂ 1 ਹਫ਼ਤਾ ਪਰੇਸ਼ਾਨ ਰਿਹਾ ਉਹੀ ਮੁਸ਼ਕਿਲ 6 ਮਹੀਨੇ ਬਾਅਦ ਦੁਬਾਰਾ ਆ ਗਈ ਉਫੋ ਜੀ ਮੁਸ਼ਕਿਲ ਹੁਣ ਦੱਸੋ ਮੈਂ 1 ਹਫ਼ਤਾ ਪਰੇਸ਼ਾਨ ਰਹਾਂਗਾ ਵੱਧ ਕੇ ਘੱਟ ਦੱਸੋ ਜੀ ਸਾਰੀ ਸੰਗਤ ਜੀ ਘੱਟ ਕਿਉਂ ਕਿਉਂਕਿ ਮੈਂ ਉਫੋ ਜੀ ਮੁਸ਼ਕਿਲ ਵਿੱਚੋਂ ਪਹਿਲਾਂ ਲੰਘ ਚੁੱਕਾ ਅੱਛਾ 3ਜੀ ਵਾਰੀ ਆ ਜਾਏ ਹੋਰ ਘੱਟ ਤੇ ਹੋ ਸਕਦਾ ਮੈਂ ਘਬਰਾਵਾਂ ਹੀ ਨਾ ਮੈਨੂੰ ਪਤਾ ਲੱਗ ਗਿਆ ਵੀ ਇਹਦੇ 'ਚੋਂ ਕਿਵੇਂ ਨਿਕਲਣਾ ਜੇ ਸੰਸਾਰ ਦੇ ਸਫਲ ਮਨੁੱਖ ਅਚਾਨਕ ਆਪਾਂ ਵਿੱਚੋਂ ਚੁਣ ਲਈਏ ਐਵੇਂ ਰੈਂਡਮਲੀ ਕਹਿੰਦੇ ਨੇ ਜਿਹੜੇ ਮਨੁੱਖ 'ਤੇ ਵੱਧ ਮੁਸ਼ਕਿਲਾਂ ਆਉਂਦੀਆਂ ਨੇ ਉਹ ਜ਼ਿੰਦਗੀ 'ਚ ਵੱਧ ਸਫਲ ਹੁੰਦਾ ਮੈਂ ਰਿਪੀਟ ਕਰਾਂ ਜੀ ਜਿਸ ਮਨੁੱਖ 'ਤੇ ਵੱਧ ਮੁਸ਼ਕਿਲਾਂ ਆਉਂਦੀਆਂ ਨੇ ਉਹ ਜੀਵਨ ਵਿੱਚ ਵੱਧ ਉੱਪਰ ਪਹੁੰਚਦਾ ਵੱਧ ਸਫਲ ਹੁੰਦਾ ਪਰ ਅਸੀਂ ਕਹਿੰਦੇ ਹਾਂ ਨਾ 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 ਮੁਸ਼ਕਿਲ ਨਾ ਆਵੇ ਮੈਂ ਤਾਂ ਹੱਥ ਜੋੜ ਕੇ ਸਾਧ ਸੰਗਤ ਜੀ ਬੇਨਤੀ ਕਰਦਾ ਜਿੰਨਾ ਮਰਜ਼ੀ ਪਾਠ ਕਰ ਲਓ ਮੁਸ਼ਕਿਲਾਂ ਆਉਣਗੀਆਂ ਹੀ ਆਉਣਗੀਆਂ ਦੁੱਖ ਆਉਣਗੇ ਹੀ ਆਉਣਗੇ ਫਿਰ ਤੁਸੀਂ ਕਹੋ ਜੀ ਪਾਠ ਕਰਨ ਦਾ ਕੀ ਫਾਇਦਾ ਹੋਇਆ ਪਾਠ ਕਰਨ ਦਾ ਇਹ ਫਾਇਦਾ ਹੈ ਕਿ ਦੁੱਖ ਵਿੱਚ ਵੀ ਦੁੱਖ ਨਹੀਂ ਲੱਗੇਗਾ ਲੋਕ ਕਹਿਣਗੇ ਤੁਹਾਡੇ 'ਤੇ ਬੜੀ ਮੁਸ਼ਕਿਲ ਆਈ ਤੁਹਾਡਾ ਮਨ ਅਡੋਲ ਹੋਏਗਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਦੁੱਖ ਆਏਗਾ ਜ਼ਰੂਰ ਪਰ ਤੁਹਾਨੂੰ ਲੱਗੇਗਾ ਨਹੀਂ ਤੁਹਾਨੂੰ ਪੋਏਗਾ ਨਹੀਂ
दुख नहीं रे, सब सुख ही है। दूजे दे भाणे दुख है, तुहाडे भाणे गुरु दा भाणा है, ये सुख ही है। बाणी साडे मन नूं मजबूत करदी है। सारे एक बारी बोलना जी, सतसंग जी पिछे एक दो साल तो पता नहीं मन विच फुरना आया है भी ये दो शब्द किन्ने बनाए, भोजन ते भजन। सारे बोलियो जी, भोजन कादे वास्ते होंदा? तन लई, शरीर लई। ते भजन कादे वास्ते होंदा? मन लई। पता नहीं किन्ने शब्द बनाए ने, देखो रलदे मिलदे शब्द ने, भोजन ते भजन। अच्छा, असी सारे तीन टाइम भोजन छकते ही छकते हैं, ना छकीए ते फिर की होंदा जी? कमजोरी आ जाती है, शरीर कमजोर हो जाता, उठिया नहीं जाता, तुरिया नहीं जाता, फिर रोटी नहीं खाधी इन्होंने दो दिन दी, चार दिन दी। भोजन ना खाइए तन कमजोर होता है, भजन ना करिए मन कमजोर होता है। ते तुसी पुछो जी, तन कमजोर की निशानी ते पता लग गई भी तुरिया नहीं जा रहा, उठिया नहीं जा रहा, मन कमजोर की निशानी है जी? दसो जी, बच्चों विचों कोई कमजोर मन की निशानी है? कमजोर मन की निशानी है हर वेले डरिया रहिंदा है, हर वेले घबराया रहिंदा है, सगन अपसगन ही सोची जांदा है, धागे बन्नी फिरदा है, मुंदरियां पांदा है। एक कमजोर मन की निशानी है। किसी ने इहो जिहा चीजा पाईया ने ते समझ लो इहदा मन बड़ा कमजोर है। जिहदा मन बलवान हो गया वह किसी गल तो नहीं घबरांदा, उहदे लई सारे दिन सारे वार सारियां घड़ियां सारे समय पवित्र ने। उहनूं इह नहीं वी इह हो गया हाए हुण की होएगा, निछ मारती हुण की होएगा। कमजोर मन, जे बाणी पढ़ांगे विचार नाल पढ़ांगे ते सच जाणियो मन नाल लड़ाई होएगी। पातशाह कहंदे ने, जो जन लूझै मने स्यों से सूरे प्रधाना। असल सूरे असल प्रधान वो ने जेड़े मन नाल लड़दे ने। मेरा मन डरांदा है मैनू, मैं डरदा नहीं। आम मनुख छोटी जी मुश्किल आ जाए घबरा जांदा है, वो कहंदा है ओ गॉड आई हैव ए बिग प्रॉब्लम। पर बाणी पढ़न वाला उहदे ते मुश्किल आए हो की कहंदा जी, उल्टा कर दिओ इहनूं, वो कहंदा ओ प्रॉब्लम आई हैव ए बिग गॉड, ओ मुश्किल तू की है, मेरा परमात्मा बहुत वड्डा है। जिस दा साहेब तिसनो। सतसंग जी, कदे भी कोई कह दवे ना तेरा काम उन्हें खराब कीता है, जाओ तेरा काम खराब कर देगा, कदे ना डरिया करिए। कोई मनुख साडा काम खराब नहीं कर सकता। जे नाम जपन वाले, बाणी पढ़न वाले, बाणी दी गल नू मनन वाले, दुनिया दा कोई बंदा उदे रस्ते विच रुकावट नहीं पा सकता। मन्ने मार्ग, किड्डी वड्डी गल है जी, मन्ने मार्ग। जे नाम नू मन लेगा तेरे मार्ग विच कोई भी ठाक ठाक मैंने रोक कोई नहीं रोक पा सकता। नाम जपन वाले नू भरोसा है, जे परमात्मा ने मैनू देना है ते कोई रोक नहीं सकता, ते जे परमात्मा ने मैनू नहीं देना ते दुनिया वाले मैनू कोई दे नहीं सकते, इस करके वो ना किसी की परवाह नहीं करता। संतन अवर ना काहूं जानी, बेपरवाह सदा रंग हर कै जाको पाख स्वामी। लापरवाह होना माड़ी गल है, पर संत लापरवाह नहीं, वो बेपरवाह होंदे ने। असी दुनिया की परवाह करी जाने, वह की कहेगा, वह की कहेगा, वह की कहेगा।
ਟੋਡੀ ਰਾਗ ਦੇ ਸ਼ਬਦ ਵਿੱਚ ਪਾਤਸ਼ਾਹ ਅੱਗੇ ਕਹਿੰਦੇ ਨੇ ਰੋਗ ਸੋਗ ਦੁੱਖ ਜਰਾ ਮਰਾ ਪੰਜ ਚੀਜ਼ਾਂ ਹੋ ਗਈਆਂ। ਕਹਿੰਦੇ ਨੇ ਹਰ ਜਨੈ ਨਹੀਂ ਨਿਕਟਾਨੀ। ਕਿੰਨੀ ਜ਼ਬਰਦਸਤ ਅਸ਼ਿਓਰੈਂਸ ਹੈ, ਹਰੀ ਦੇ ਜਨ ਬਣ ਜਾਈਏ ਨਾ ਰੋਗ ਆਏਗਾ, ਨਾ ਸੋਗ ਆਏਗਾ, ਨਾ ਦੁੱਖ ਆਏਗਾ, ਨਾ ਜਰਾ ਬੁਢਾਪਾ ਆਏਗਾ। ਬੁਢੇਪਾ ਲਾਹਨਤ ਹੁੰਦਾ ਨਾ, ਕਹਿੰਦੇ ਨੇ ਬੜੇ ਬਿਮਾਰੀਆਂ ਬੁਢੇਪੇ 'ਚ ਆ ਜਾਂਦੀਆਂ ਨੇ, ਪਰ ਨਾਮ ਨੂੰ ਜੁੜਿਆ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਾ, ਉਹਨਾਂ ਦਾ ਮਨ ਬਲਵਾਨ ਹੈ। ਸਤ ਸੰਗਤ ਜੀ, ਵਿਚਾਰ ਕਰੀਏ ਅਸੀਂ ਪੰਜਾਬ ਦੇ ਲੋਕ, ਬਾਣੀ ਦੀ ਵਿਚਾਰ ਨਾਲ ਜੁੜ ਜਾਈਏ, ਮੁਸ਼ਕਿਲਾਂ ਤੋਂ ਘਬਰਾਈਏ ਨਾ, ਮੁਸ਼ਕਿਲਾਂ ਦੀ ਉਡੀਕ ਕਰਿਆ ਕਰੀਏ। ਮੁਸ਼ਕਿਲ ਲੰਘੀ ਜਾਂਦੀ ਹੈ ਕਿ ਆ ਜਾ ਮੁਸ਼ਕਿਲ ਆ ਜਾ, ਤੂੰ ਆਏਗੀ ਤੂੰ ਮੈਨੂੰ ਬੈਟਰ ਕਰਕੇ ਜਾਏਗੀ, ਮੈਨੂੰ ਤਾਕਤਵਰ ਕਰਕੇ ਜਾਏਗੀ। ਸਿਰਫ ਸੋਚ ਹੈ। ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਪ੍ਰੇਅਰ ਮੇ ਔਰ ਮੇ ਨੋਟ ਚੇਂਜ ਦਾ ਥਿੰਗਸ। ਅਰਦਾਸ ਕਰਨ ਨਾਲ ਜ਼ਰੂਰੀ ਨਹੀਂ ਹਰੇਕ ਦੀ ਅਰਦਾਸ ਸਫਲ ਹੋ ਜਾਵੇ, ਜਨ ਕੋਈ ਕੋਈ ਹੁੰਦਾ ਜਿਹਦੀ ਬਿਰਥੀ ਨਹੀਂ ਹੁੰਦੀ। ਕਹਿੰਦੇ ਨੇ ਪ੍ਰੇਅਰ ਮੇ ਔਰ ਮੇ ਨੋਟ ਚੇਂਜ ਦਾ ਥਿੰਗਸ, ਬਟ ਪ੍ਰੇਅਰ ਚੇਂਜਿਸ ਯੂ ਫੋਰ ਦਾ ਥਿੰਗਸ। ਅਰਦਾਸ ਕਰਨ ਤੋਂ ਪਹਿਲਾਂ ਅਸੀਂ ਘਬਰਾਉਂਦੇ ਸੀ, ਉਹ ਇਹ ਨਾ ਹੋ ਜਾਏ, ਇਹ ਨਾ ਹੋ ਜਾਏ। ਅਰਦਾਸ ਕਰਨ ਤੋਂ ਬਾਅਦ ਅਸੀਂ ਨਿਸ਼ਚਿੰਤ ਹੋ ਜਾਂਦੇ ਹਾਂ, ਮੇਰਾ ਵਾਹਿਗੁਰੂ ਮੇਰੇ ਨਾਲ ਹੈ, ਮੇਰੇ ਨਾਲ ਕੁਝ ਨਹੀਂ ਹੋਏਗਾ। ਭਰੋਸਾ, ਵਿਸ਼ਵਾਸ। ਕਿੰਨੀ ਦੇਰ ਮੈਂ ਇਹੀ ਸ਼ਬਦ ਪੜ੍ਹਦਾ ਰਹਿੰਦਾ ਸੀ ਵੀ ਔਖੀ ਘੜੀ ਨਾ ਦੇਖਣ ਦੇਈ। ਦੇਈ ਕਹਿੰਦੇ ਸੀ ਆਪਾਂ, ਅੱਜ ਵੀ ਬੜੇ ਲੋਕ ਦੇਈ ਕਹਿੰਦੇ। ਕੀ ਮਤਲਬ? ਅਸੀਂ ਅਰਦਾਸ ਕਰ ਰਹੇ ਹਾਂ ਵਾਹਿਗੁਰੂ ਜੀ ਔਖੀ ਘੜੀ ਨਾ ਦੇਖਣ ਦੇਣਾ ਮੈਨੂੰ ਪਲੀਜ਼। ਪਰ ਇੱਥੇ ਦੇਈ ਨਹੀਂ ਹੈ, ਇੱਥੇ ਕੀ ਹੈ? ਦੇਈ ਇਹ ਭਰੋਸਾ ਜੇ ਕਿ ਪਰਮਾਤਮਾ ਆਪਣੇ ਭਗਤ ਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ। ਤੱਤੀ ਵਾਹ ਨਹੀਂ ਲੱਗਣ ਦਿੰਦਾ, ਉਹ ਨਿਮਕ ਨਿਮਕ ਪ੍ਰਤਿਪਾਲਦਾ ਹੈ। ਮੇਰੇ ਨਾਲ ਇੱਕ ਬੇਟਾ ਆਇਆ 11ਵੀਂ ਕਿ 12ਵੀਂ ਪੜ੍ਹਦਾ ਜੀ, ਜਸਜੋਤ ਸਿੰਘ। ਅਸੀਂ ਸਵੇਰੇ ਵਡਿਆਈ ਵਿਚਾਰ ਕਰਦੇ ਹਾਂ, ਬੱਚੇ ਮੈਂ ਅਸੀਂ ਬਹੁਤ ਸੋਹਣੇ ਸੱਜ ਕੇ ਬੈਠੇ ਹੋ, ਜਵਾਬ ਵੀ ਦੇ ਰਹੇ ਹੋ। ਇਹ ਬੱਚਾ ਇੱਕ ਦਿਨ ਆ ਕੇ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਵੀ ਨਿਮਕ ਦਾ ਮਤਲਬ ਪਤਾ ਕੀ ਹੁੰਦਾ? ਨਿਮ ਅੱਖ, ਅੱਖ ਨੂੰ ਝਪਕਣ ਜਿੰਨਾ ਸਮਾਂ। ਪਤਾ ਤਾਂ ਸਾਨੂੰ ਵੀ ਸੀ, ਲੇਕਿਨ ਦੋ ਜਿਹੜੇ ਜੋੜ ਇਹਨੇ ਵਿਛੋੜਾ ਕਰ ਦਿੱਤਾ, ਸ਼ਬਦ ਜੋੜ, ਨਿਮ ਅੱਖ ਨਿਮਕ। ਤੇ ਪਰਮਾਤਮਾ ਨਿਮਕ ਨਿਮਕ ਸਾਡੀ ਪ੍ਰਤਿਪਾਲਨਾ ਕਰਦਾ ਜੇ, ਮਹੀਨਿਆਂ ਬੱਧੀ ਨਹੀਂ, ਘੰਟਿਆਂ ਦੇ ਹਿਸਾਬ ਨਾਲ ਨਹੀਂ, ਇੱਕ ਇੱਕ ਸਵਾਸ ਸਵਾਸ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਤੇ ਅਸੀਂ ਐਸੇ ਨਾ ਸ਼ੁਕਰੀਆ ਉਹਨੂੰ ਹੀ ਭੁੱਲੀ ਬੈਠੇ। ਇਹ ਉਦਾਸੀ, ਇਹ ਨਿਰਾਸ਼ਾ, ਇਹ ਘਬਰਾਹਟ ਇਸ ਗੱਲ ਦੀ ਨਿਸ਼ਾਨੀ ਹੈ ਕਿ ਅਸੀਂ ਉਸ ਸੋਰਸ ਨਾਲੋਂ ਟੁੱਟੇ ਹੋਏ ਹਾਂ। ਸਾਧ ਸੰਗਤ ਜੀ, ਬਾਣੀ ਨਾਲ ਜੁੜ ਜਾਈਏ, ਖਿੜ ਜਾਵਾਂਗੇ, ਦੁਨੀਆਂ ਦੀ ਕੋਈ ਮੁਸ਼ਕਿਲ ਸਾਡੇ ਸਹਿਜ ਨੂੰ ਹਿਲਾ ਨਹੀਂ ਸਕੇਗੀ, ਅਡੋਲ ਹੋ ਜਾਵਾਂਗੇ। ਬਹੁਤ ਜ਼ਰੂਰੀ ਗੱਲ, ਔਰ ਅਸੀਂ ਇਹ ਕਹਿਣਾ ਸ਼ੁਰੂ ਕੀਤਾ ਸਾਧ ਸੰਗਤ ਜੀ, ਜਦੋਂ ਆਲੇ ਦੁਆਲੇ ਸਾਡੇ ਕੋਈ ਢਹਿੰਦੀ ਕਲਾਂ ਦੀ ਗੱਲ ਕਰੇ, ਕੋਈ ਘਬਰਾਹਟ ਦੀ ਗੱਲ ਕਰੇ, ਫਿਰ ਸਾਨੂੰ ਕੀ ਕਰਨਾ ਚਾਹੀਦਾ ਜੀ? ਸਾਨੂੰ ਕੋਈ ਆਪਣਾ ਦੁੱਖ ਸੁਣਾਏ, ਕੀ ਕਰਨਾ ਚਾਹੀਦਾ ਜੀ? ਪਹਿਲੀ ਗੱਲ, ਉਹਦਾ ਦੁੱਖ ਸੁਣਨਾ ਚਾਹੀਦਾ। ਅਸੀਂ ਕਹਿਣਾ ਸ਼ੁਰੂ ਕੀਤਾ ਵੀ ਕਿਸੇ ਦਾ ਦਰਦ ਸੁਣਨਾ ਤੇ ਉਹਨੂੰ ਹੱਲਾ ਸ਼ੇਰੀ ਦੇਣਾ ਵੀ ਇੱਕ ਸੇਵਾ ਹੈ। ਪਹਿਲੀ ਗੱਲ, ਅਸੀਂ ਆਪ ਮਜ਼ਬੂਤ ਹੋਈਏ। ਦੂਸਰੀ ਗੱਲ, ਸਾਡੇ ਆਲੇ ਦੁਆਲੇ ਕੋਈ ਕਮਜ਼ੋਰ ਸੋਚ ਦਾ ਮਨੁੱਖ ਹੈ, ਉਹਨੂੰ ਬਾਣੀ ਨਾਲ ਜੋੜੀਏ, ਉਹਨੂੰ ਹੱਲਾ ਸ਼ੇਰੀ ਦੇਈਏ। ਮੈਂ ਤਾਂ ਕਹਿਣਾ ਸ਼ੁਰੂ ਕੀਤਾ, ਜੋੜਿਆਂ ਦੀ ਸੇਵਾ, ਲੰਗਰ ਦੀ ਸੇਵਾ, ਭਾਂਡਿਆਂ ਦੀ ਸੇਵਾ, ਉਹਦੇ ਨਾਲ ਅੱਜ ਕੱਲ੍ਹ ਹੱਲਾ ਸ਼ੇਰੀ ਦੇਣ ਦੀ ਸੇਵਾ ਵੀ ਕਰਿਆ ਕਰੀਏ। ਚਾਹੇ ਸਕੂਲ ਕਾਲਜ ਪੜ੍ਹਦਾ ਕੋਈ ਤੁਹਾਡਾ ਦੋਸਤ ਹੋਵੇ, ਸਹੇਲੀ ਹੋਵੇ,
चाहे महल्ले का कोई जना हो, चाहे बाजार का कोई जना हो, कोई टेंदियां कलां दियां गल्लां करे, कोई मन छड़न दी गल करे, तो उन्हूं हौसला दे, उन्हूं को भाई ये भी समा बीत जाना है। लेकिन खुदकुशी वर्गी गल ये सोचना भी पाप है, ये बड़ी वड्डी कमजोरी है कि मैं मुश्किलां नूं सहार ही नहीं पा रहा। सतसंगत जी, सुसाइड बारे कहा जाता है, इट इज नॉट एन इंडिविजुअल एक्ट, इट इज ए सोशल फैक्ट। एक मनुख जिहड़ा खुदकुशी करता है वही जिम्मेवार नहीं, उहदा आला दुआला भी जिम्मेवार है, उहदा परिवार भी, उहदे दोस्त मित्र भी, उहदा पिंड भी, उहदा महला भी, कि वह पछाण ही नहीं सकिया कि यह मनुख इन्ने दुख विचों बीत रहा। पहली गल जे सानू मुश्किल है ते किसे नाल शेयर करिए, गल करिए। पुराने लोग क्या करते सी पिंडां दे विच, कोई मुश्किल है ते कोठे चढ़ के रौला पाओ। अजकल असी बन गए भी ना ना गुआंढ नूं पता ना लग जाए साडे घर यह मुश्किल है, मैं करजा लिया होया, मेरे ते मुश्किल है, मैनू यह मुश्किल है, मैनू वह मुश्किल है। असी अपनी यूनिवर्सिटी पंजाब एग्रीकल्चर यूनिवर्सिटी वालों एक नारा दिता है पिछले किसान मेले ते, कि उदासी चुप रहन नाल वधदी जावे, गल करन नाल घटदी जावे। उदासी चुप रहन नाल वधदी जावे ते गल करन नाल घटदी जावे। कई बारी समस्या इन्नी वड्डी नहीं हुंदी, असी अपने मन विच सोच सोच के उन्हूं बड़ी वड्डी कर दिंदे आ। ते जे किसे सियाने नाल गल कर लईए ना, वह कहिंदा इत्थे गल ही कोई नहीं, इहदा हल इह है, तू एवें करके देख। जद तक गल नहीं कीती समस्या वड्डी हुंदी गई, ते जदों गल कीती समस्या ही खत्म हो गई, हल मिल गई। असी कहिंदे आ करोगे गल मिलेगा हल। बोलो जी, करोगे गल मिलेगा हल। चुप रवोगे, किसे नाल शेयर नहीं करोगे। हुण ते ऐसी गल होगी, साडे परिवारां विच प्यार इन्ना घट गया कि मनुख अपना दुख अपने परिवार विच ही नहीं दसदा। सब तो वध जरूरी चीज गुरु प्यारी सात संगत जी है साडा परिवार। जिन्हां परिवारां विच प्यार है उत्थे बंदा कदे नहीं खुआर होंदा। जिन्हां परिवारां विच प्यार टुट गया है, ते प्यार टुटन दा कारण की है, शक ने एक दूजे उत्ते, पति पत्नी एक दूजे ते शक करदे, लड़दे ने, लोभ है। एक नौजवान ने बड़ी प्यारी गल कही, कहिंदे जदों मेरा विआह होया ना, तो एक बजुर्ग ने मैनूं समझाया, कहिंदे बेटा कल्ला तू ही जवाई नहीं बनिया, तेरे तो पहला बड़े जवाई बन चुके ने, एवें अपने आप नूं बड़ा वड्डा ना समझी। कहिंदे बेटा जे तू ये हर वेले वेखता रहा कि मेरी पत्नी पेके गई है, की लैके आई है, कहिंदे सारी उम्र मंगता बनिया रहेगा, क्योंकि सहुरिया ने वह देना जो उन्हां कोल है, उहदा छोटा जिहा हिस्सा यही मिलेगा ना, सारा तो नहीं मिल जाना। कहिंदे जे परमात्मा वल देखेगा तो परमात्मा दे जिन्ना परमात्मा कोल है उहदा छोटा जिहा भी मिलिया तो माला माल हो जाएगा। अज 25-30 साल हो गए उस नौजवान के विआह नूं, ते वह कहिंदा जी कहिंदा भी परमात्मा ने इन्ना कुछ दे दिता है कि मैं रज गया। कहिंदा मैं लभदा वह बजुर्ग कित्थे गए जिन्हां ने मैनूं मेरे विआह वेले ये गल समझाई सी कि बिल्कुल नहीं वेखना कि सहुरियां तो की आया, कोई झाक नहीं रखनी, कोई लोभ नहीं रखना। अज बहुते घरां च यही बन गया भी यह चीज चंगी नहीं आई। आ जिहड़े कपड़े भी लैन देन करदे आ ना, अगला ने बड़ी वधिया कपड़ा दिता होवे तां वी असीं मूँह चाड़दे आ भी आह की दे दिता है। लड़ाई झगड़े दे कारण ही इत्थों शुरू होए।
ਸਾਧ ਸੰਗਤ ਜੀ, ਬੜੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਬਣ ਗਈ। ਪਤਾ ਨਹੀਂ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਵਿਖਾਵਾ ਵਧੀ ਜਾ ਰਿਹਾ, ਦਿਨ ਬ ਦਿਨ ਵਧੀ ਜਾ ਰਿਹਾ। ਸਾਡੇ ਪੱਲੇ ਘੱਟ ਹੈ, ਕਰਜ਼ੇ ਚੁੱਕੇ ਲੋਕਾਂ 'ਚ ਦਿਖਾ ਰਹੇ ਹਾਂ ਵੀ ਮੇਰੇ ਕੋਲ ਬੜਾ ਕੁਝ ਹੈ, ਅਤੇ ਜਦੋਂ ਕਰਜ਼ਾ ਉਤਾਰ ਨਹੀਂ ਪਾਉਂਦੇ ਫਿਰ ਪਤਾ ਲੱਗ ਜਾਂਦਾ ਵੀ ਲਓ ਜੀ, ਉਸ ਘਰ ਦੇ ਵਿੱਚ ਵੀ ਭਾਣਾ ਵਾਪਰ ਗਿਆ, ਉਸ ਘਰ 'ਚ ਵੀ ਵਾਪਰ ਗਿਆ। ਗੁਰਬਾਣੀ, ਬਾਣੀ ਪੜ੍ਹਨ ਵਾਲੇ, ਬਾਣੀ ਵਿੱਚ ਭਿੱਜੇ ਮਨੁੱਖ, ਉਹਨਾਂ ਦਾ ਮਨ ਇੰਨਾ ਬਲਵਾਨ ਹੈ ਕਿ ਉਹ ਸਾਦਗੀ ਵਿੱਚ ਰਹਿੰਦੇ ਨੇ, ਕਿਸੇ ਦੀ ਗੱਲ ਦੀ ਪਰਵਾਹ ਨਹੀਂ ਕਰਦੇ। ਸਾਦਾ ਜੀਵਨ, ਤੁਸੀਂ ਅੱਜ ਕੱਲ੍ਹ ਸ਼ਾਇਦ ਮੀਡੀਆ ਦੇ ਵਿੱਚ ਵੀ ਔਰ ਕਈ ਦੀਵਾਰਾਂ 'ਤੇ ਵੀ ਲੋਕਾਂ ਨੇ ਨਾਅਰੇ ਲਿਖ ਦਿੱਤੇ ਨੇ, ਸਾਦੇ ਵਿਆਹ, ਸੁਣਿਆ ਜੀ ਕੀ ਨਾਰਾ ਹੈ ਜੀ, ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਆਹਾ ਹਾ ਹਾ, ਕੀ ਬਾਤ ਹੈ, ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਪੰਜਾਬ ਨੂੰ ਐਸੀ ਅੱਗ ਲੱਗ ਗਈ ਕਿ ਭੋਗ ਵੀ ਵਿਆਹਾਂ ਵਰਗੇ ਹੋਣੇ ਸ਼ੁਰੂ ਹੋ ਗਏ, ਭੋਗਾਂ 'ਤੇ ਵੀ ਉਹੋ ਜਿਹੀ ਰੋਟੀ ਹੋਣੀ ਸ਼ੁਰੂ ਹੋ ਗਈ ਜੀ। ਮੈਂ ਤਾਂ ਕਹਿੰਦਾ ਵੀ ਹੁਣ ਪੰਜਾਬ ਵਿੱਚ ਮਰਨਾ ਵੀ ਮਹਿੰਗਾ ਹੋ ਗਿਆ, ਜੀਣਾ ਤਾਂ ਮਹਿੰਗਾ ਹੈ ਹੀ ਸੀ, ਮਰਨਾ ਵੀ ਮਹਿੰਗਾ ਹੋ ਗਿਆ। ਅਤੇ ਸਾਦੇ ਵਿਆਹ ਦਾ ਸਾਧ ਸੰਗਤ ਜੀ ਮਤਲਬ ਇਹ ਨਹੀਂ ਹੈ ਕਿ ਬੇਰੌਣਕਾ ਜਿਹਾ ਵਿਆਹ, ਪੰਜ ਬੰਦੇ ਗਏ ਅਤੇ ਵਿਆਹ ਕੇ ਆ ਗਏ, ਨਹੀਂ ਨਹੀਂ, ਸਾਦੇ ਦਾ ਮਤਲਬ ਹੈ ਅਸੀਂ ਬੇਲੋੜਾ ਵਿਖਾਵਾ ਨਾ ਕਰੀਏ, ਅਡੰਬਰ ਨਾ ਕਰੀਏ, ਇੱਕੋ ਫੰਕਸ਼ਨ ਕਰੀਏ ਵਿਆਹ ਦਾ। ਆਹ ਜਿਹੜੇ 2, 4, 6 ਫੰਕਸ਼ਨ ਕਰਦੇ ਜਾਂ ਲੋਕੀ ਕਰਾਉਂਦੇ ਨੇ ਨਾ, ਇਹ ਲੋਭ ਦੀ ਨਿਸ਼ਾਨੀ ਜੇ ਵੀ ਵੱਧ ਤੋਂ ਵੱਧ ਫੰਕਸ਼ਨ ਕਰੋ, ਵੱਧ ਤੋਂ ਵੱਧ ਚੀਜ਼ਾਂ ਆਉਣਗੀਆਂ। ਦੂਜੀ ਗੱਲ, ਵਿਆਹ 'ਤੇ ਬੁਲਾਉਣਾ ਕਿਹਨੂੰ ਚਾਹੀਦਾ ਜੀ, ਸਾਰੇ ਸ਼ਹਿਰ ਨੂੰ ਬੁਲਾ ਲੈਣਾ ਚਾਹੀਦਾ। ਅਸੀਂ ਇਹ ਸੋਚ ਲਿਆ, ਲੋਕਾਂ ਨੇ ਇਹ ਬਣਾ ਲਿਆ ਵੀ ਜੇ ਮੇਰੇ ਵਿਆਹ 'ਤੇ ਵੱਡਾ ਇਕੱਠ ਹੋਏਗਾ ਤਾਂ ਮੇਰੀ ਵੱਧ ਵਾਹਵਾ ਹੋਏਗੀ। ਮੈਂ ਤਾਂ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਹੜੇ ਇੱਕ ਜਣੇ ਨੂੰ ਜਾ ਕੇ ਡੱਬਾ ਦਿੰਦੇ ਨੇ ਅਤੇ ਨਾਲ ਕਹਿੰਦੇ ਨੇ ਇਹ 5 ਡੱਬੇ ਹੋਰ ਰੱਖ ਲਓ, ਬੁਲਾ ਲਓ, ਤੁਸੀਂ ਆਪਣੇ ਕਿਸੇ ਨੂੰ ਬੁਲਾਉਣਾ। ਅਤੇ ਸੀਮਤ ਇਕੱਠ ਕਰੀਏ, ਬੇਲੋੜਾ ਇਕੱਠ ਨਾ ਕਰੀਏ। ਰਿਸ਼ਤੇਦਾਰ, ਨੇੜੇ ਦੇ ਰਿਸ਼ਤੇਦਾਰ ਆ ਗਏ, ਦੋਸਤ ਮਿੱਤਰ, ਵਿਆਹ 'ਤੇ ਕੇਵਲ ਉਹੀ ਬੁਲਾਏ ਜਾਣੇ ਚਾਹੀਦੇ ਨੇ ਜਿਨ੍ਹਾਂ ਦਾ ਤੁਹਾਡੇ ਘਰ ਜਾਣਾ ਆਉਣਾ ਹੈ। ਤੁਸੀਂ ਉਹਨਾਂ ਦੇ ਘਰ ਗਏ ਹੋ ਜਾਂ ਉਹ ਤੁਹਾਡੇ ਘਰ ਆਏ ਨੇ। ਜਿਹੜਾ ਮੇਰੇ ਘਰ ਕਦੇ ਨਹੀਂ ਆਇਆ, ਜਿਹਦੇ ਘਰ ਮੈਂ ਕਦੇ ਨਹੀਂ ਗਿਆ, ਇਹਦਾ ਮਤਲਬ ਉਹ ਮੇਰੇ ਨੇੜੇ ਨਹੀਂ ਹੈ, ਉਹਨੂੰ ਮੈਂ ਆਪਣੇ ਬੱਚੇ ਦੇ ਵਿਆਹ 'ਤੇ ਕਿਉਂ ਬੁਲਾਵਾਂ। ਅੱਛਾ ਜੀ, ਕਈ ਕਹਿੰਦੇ ਨਹੀਂ ਨਹੀਂ ਸ਼ਗਨ ਦਿੱਤਾ ਹੋਇਆ, ਹੁਣ ਸ਼ਗਨ ਲੈਣਾ ਨਹੀਂ। ਮਾਤਾਵਾਂ ਦਾ ਕਈ ਵਾਰੀ ਇਹ ਗੱਲ ਆਉਂਦੀ ਹੈ ਵੀ ਅਸੀਂ ਇੰਨੇ ਲੋਕਾਂ ਨੂੰ ਸ਼ਗਨ ਦਿੱਤਾ, ਸਭ ਨੂੰ ਹੁਣ ਉਹਨਾਂ ਕੋਲ ਲੈਣਾ ਵੀ ਤਾਂ ਹੈ। ਮੈਂ ਆਪਣੀ ਯੂਨੀਵਰਸਿਟੀ ਦੇ ਇਕੋਨੋਮਿਸਟਾਂ ਨਾਲ ਗੱਲ ਕੀਤੀ, ਉਹਨਾਂ ਨੇ ਹਿਸਾਬ ਲਾ ਕੇ ਦੱਸਿਆ, ਕਹਿੰਦੇ ਜੀ ਜੇ 1100 ਦਾ ਸ਼ਗਨ ਤੁਸੀਂ ਕਿਸੇ ਕੋਲ ਲੈਣਾ ਹੈ ਨਾ, ਤਾਂ ਤੁਸੀਂ ਉਹਦੇ 'ਤੇ ਘੱਟੋ ਘੱਟ 3000 ਰੁਪਈਆ ਖਰਚ ਕਰ ਰਹੇ ਹੋ। ਅੱਜ ਕੱਲ੍ਹ ਪਲੇਟਾਂ 1000 ਰੁਪਏ ਦੀ ਪਲੇਟ, 1500 ਦੀ ਪਲੇਟ, ਅਗਲੇ 2-3 ਮੈਂਬਰ ਆਏ ਤਾਂ ਤੁਹਾਡਾ ਕੰਮ ਪੂਰਾ ਹੋ ਗਿਆ, ਲੈ ਲਓ 1100 ਲੈ ਕੇ ਕੀ ਕਰੋਗੇ, ਜਿਹੜਾ ਦਿੱਤਾ ਗਿਆ ਭਾਈ ਦਿੱਤਾ ਗਿਆ। ਇਹ ਨਾ ਸੋਚੋ ਵੀ ਇਹਦੇ ਕੋਲ ਵਾਪਸ ਲੈਣਾ ਤੇ ਇਹਨੂੰ ਬੁਲਾਈਏ, ਉਹ ਬੁਲਾਓਗੇ ਤੇ ਹੋਰ ਦੇਣਾ ਪਏਗਾ ਤੁਹਾਨੂੰ। ਸੀਮਤ ਇਕੱਠ ਕਰੀਏ, ਮੈਂ ਕੋਈ ਗਿਣਤੀ ਨਹੀਂ ਦੇ ਰਿਹਾ ਵੀ 11 ਹੋਣ, 21 ਹੋਣ, 100 ਹੋਣ, ਤੁਸੀਂ ਆਪਣਾ ਹਿਸਾਬ ਦੇਖੋ। ਇੱਕ ਬੜੀ ਅਜੀਬ ਗੱਲ, ਕੇਵਲ ਪੰਜਾਬ ਦੇ ਵਿੱਚ ਜੇ ਇਹ ਮੈਰਿਜ ਪੈਲਸਾਂ ਦਾ ਕਲਚਰ, ਇਹ ਸਾਰੇ ਦੇਸ਼ ਵਿੱਚ ਇੰਨੇ ਮੈਰਿਜ ਪੈਲਸ ਕਿਤੇ ਨਹੀਂ। ਜੇ ਤੁਸੀਂ ਦਿੱਲੀ ਚਲੇ ਜਾਓ, ਹੋਰ ਥੱਲੇ ਸਾਊਥ ਵੱਲ ਚਲੇ ਜਾਓ, ਲੋਕ ਹੈਰਾਨ ਹੁੰਦੇ ਨੇ ਵੀ ਤੁਹਾਡੀ ਮੈਰਿਜ ਵਿਆਹ ਜਿਹੜੇ ਨੇ ਪੈਲਸਾਂ ਵਿੱਚ ਹੁੰਦੇ ਨੇ, ਅਤੇ ਪੈਲਸਾਂ ਵਾਲਿਆਂ ਦਾ ਵੀ ਇੱਕ ਗੈਂਗ ਹੈ, ਉਹ ਕਹਿੰਦੇ ਜੀ ਘੱਟੋ ਘੱਟ ਪਲੇਟ 1000 ਦੀ ਲੱਗੇਗੀ ਅਤੇ ਘੱਟੋ ਘੱਟ 500 ਗੈਸਟ ਹੋਣੇ ਚਾਹੀਦੇ ਨੇ। ਤੁਸੀਂ ਕਹਿੰਦੇ ਨਹੀਂ ਜੀ ਮੇਰੇ ਤਾਂ 300 ਨੇ, ਉਹ ਕਹਿੰਦੇ ਜੀ 500 ਮਿਨੀਮਮ, ਉਹ ਕਹਿੰਦੇ ਅੱਛਾ ਜੀ ਹੁਣ ਜੇ 500 ਹੈਗੇ ਤਾਂ ਫਿਰ ਬੁਲਾ ਲਓ, ਵੱਧ ਜਣਿਆਂ ਨੂੰ ਬੁਲਾ ਲਓ ਜੀ, ਇੰਨਾ ਤਾਂ ਖਰਚਾ ਦੇਣਾ ਹੀ ਦੇਣਾ। ਦੇਖਾ ਦੇਖੀ ਵਧਾਈ ਜਾ ਰਹੇ ਹਾਂ, ਵਧਾਈ ਜਾ ਰਹੇ ਹਾਂ।
ਹਿੰਦੁਸਤਾਨ ਵਿੱਚ ਇੱਕ ਸਾਲ ਦੇ ਵਿੱਚ ਵਿਆਹਾਂ ਤੇ 1,00,000 ਕਰੋੜ ਤੋਂ ਲੈ ਕੇ 3,00,000 ਕਰੋੜ ਦਾ ਖਰਚਾ ਹੁੰਦਾ ਜੀ ਵੈਡਿੰਗ ਬਿਜ਼ਨਸ। ਹਰ ਸਾਲ ਇਹਦੇ 'ਚ 25-30% ਦਾ ਵਾਧਾ ਹੋ ਰਿਹਾ, 2%, 1% ਦਾ ਵਾਧਾ ਨਹੀਂ, 25-30%। ਜਿਵੇਂ ਪਿਛਲੇ ਨੇ ਵਿਆਹ ਕੀਤਾ ਸੀ ਰਿਸ਼ਤੇਦਾਰੀ 'ਚ, ਅਸੀਂ ਕਹਿੰਦੇ ਹਾਂ ਇਸ ਤੋਂ ਵਧੀਆ ਕਰਕੇ ਦਿਖਾਵਾਂ, ਅਗਲਾ ਕੋਈ ਕਹਿੰਦਾ ਅੱਛਾ ਉਹਨਾਂ ਨੇ ਇੱਥੇ ਤਾਂ ਕੀਤਾ ਸੀ ਮੈਂ ਇਸ ਤੋਂ ਵਧੀਆ ਕਰਕੇ ਦਿਖਾਵਾਂ। ਅੱਛਾ ਜੀ, ਹੋਰ ਗੱਲ ਹੈ, ਸ਼ਹਿਰ ਵਾਲੇ ਵਿਆਹ ਕਰਦੇ ਨੇ, ਆਪਣਾ ਕਾਲਾ ਧਨ ਜਿਹੜਾ ਉਹਨਾਂ ਕੋਲ ਫਾਲਤੂ ਪੈਸਾ ਹੈ ਉਹ ਲਗਾ ਦਿੰਦੇ ਨੇ, ਅਤੇ ਪਿੰਡਾਂ ਵਾਲੇ ਜਾਂ ਮੱਧ ਵਰਗੀ ਪਰਿਵਾਰ ਸਾਡੇ ਵਰਗੇ ਉਹ ਕੀ ਕਰਦੇ ਨੇ, ਆਪਣਾ ਕਿੱਲਾ ਵੇਚਦੇ ਨੇ ਜਾਂ ਕਰਜ਼ਾ ਚੁੱਕ ਕੇ ਵਿਆਹ ਕਰਦੇ ਨੇ। ਕਿਉਂ? ਕਿਉਂਕਿ ਸ਼ਹਿਰਾਂ ਵਾਲਿਆਂ ਨੇ ਇੱਕ ਮਾਪਦੰਡ ਬਣਾ ਦਿੱਤਾ ਵੀ ਘੱਟੋ ਘੱਟ ਪੈਲੇਸ ਤਾਂ ਹੋਵੇ, ਘੱਟੋ ਘੱਟ ਇਹ ਕੰਮ ਤਾਂ ਹੋਵੇ। ਅਸੀਂ ਇੱਕ ਪੁਸਤਕ ਬਣਾਈ ਹੈ ਇਸੇ ਗੱਲ ਦੇ ਉੱਤੇ, ਮੈਂ ਵੀਰ ਜੀ ਕੋਲੋਂ ਭੇਜ ਦਾਂਗਾ। ਕੁਛ ਸੱਜਣਾਂ ਨੇ ਉਪਰਾਲਾ ਕੀਤਾ, 15 ਰੁਪਏ ਉਹਦੀ ਕੀਮਤ ਪੈਂਦੀ, ਉਹਨਾਂ ਨੇ 10 ਰੁਪਏ 'ਚ ਕਹਿੰਦੇ ਜੀ ਵੰਡੋ ਸਾਰੇ ਪੰਜਾਬ ਦੇ ਵਿੱਚ, ਸਾਦੇ ਵਿਆਹ ਸਾਦੇ ਭੋਗ। ਬੜੀ ਪਿਆਰੀ ਉਹਦੇ 'ਚ ਇੱਕ ਚੈਪਟਰ ਹੈ, ਕਹਿੰਦੇ ਜੀ ਅੱਜ ਕੱਲ੍ਹ ਕਾਰਡ ਵੰਡਣ ਦੀ ਲੋੜ ਹੀ ਨਹੀਂ। ਕਾਰਡ ਦਾ ਮਤਲਬ ਹੁੰਦਾ ਸੀ ਸਮਾਂ ਅਤੇ ਸਥਾਨ ਅਗਲੇ ਨੂੰ ਪਤਾ ਲੱਗ ਜਾਏ ਕਿੱਥੇ ਜਾਣਾ, ਹੋਰ ਤਾਂ ਕੋਈ ਮਤਲਬ ਨਹੀਂ ਨਾ ਜੀ ਕਾਰਡ ਦਾ। ਕਿਉਂ ਉਹਦੇ ਵਾਸਤੇ ਇੰਨਾ ਕੀਮਤੀ ਕਾਗਜ਼ ਲਾਇਆ ਜਾਏ ਜਿਹਦੀ ਲੋੜ ਹੀ 1 ਮਹੀਨੇ 1 ਹਫ਼ਤੇ ਤੋਂ ਵੱਧ ਕਾਰਡ ਦੀ ਲਾਈਫ ਨਹੀਂ ਹੈ। ਕਿੰਨਾ ਪੇੜ ਅਸੀਂ ਕੱਟਦੇ ਹਾਂ ਕਿ ਉਸ ਕਾਗਜ਼ ਵਾਸਤੇ, ਕਿੰਨਾ ਪੈਟਰੋਲ ਫੂਕਦੇ ਹਾਂ ਘਰ ਘਰ ਜਾਣ ਵਾਸਤੇ, ਕਹਿੰਦੇ ਵਟਸਐਪ 'ਤੇ ਹੀ ਭੇਜ ਦਿਓ। ਔਰ ਬੜੀ ਇਹ ਲਹਿਰ ਖੁਸ਼ੀ ਦੀ ਗੱਲ ਹੈ ਕਿ ਸਮਾਜ ਅਪਣਾ ਰਿਹਾ। ਸਤ ਸੰਗਤ ਜੀ, ਜੋ ਮੈਂ ਇਹ ਗੱਲ ਕਹਿ ਰਿਹਾ ਇਹ ਕੇਵਲ ਸਮਾਜਿਕ ਗੱਲ ਨਹੀਂ ਹੈ, ਇਹ ਸਾਡੇ ਪੰਜਾਬ ਦੀ ਇੱਕ ਸਮੱਸਿਆ ਜਿਹਦੇ ਬਾਰੇ ਪਿਛਲੇ ਸਾਲ ਦੀਵਾਲੀ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਦੇਸ਼ ਵਿੱਚ ਕਿਹਾ ਗਿਆ ਹੈ। ਆਪ ਜੀ ਗੁਰਮਤਿ ਪ੍ਰਕਾਸ਼ ਸ਼੍ਰੋਮਣੀ ਕਮੇਟੀ ਦਾ ਇਹ ਸਥਾਨ ਹੈ, ਗੁਰਮਤਿ ਪ੍ਰਕਾਸ਼ ਦੀਆਂ ਕਾਪੀਆਂ ਇੱਥੇ ਪਈਆਂ ਹੋਣਗੀਆਂ ਜੀ। ਨਵੰਬਰ ਦਸੰਬਰ ਦਾ ਗੁਰਮਤਿ ਪ੍ਰਕਾਸ਼ ਦੇਖੋ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਅਪੀਲ ਹੁਕਮਨਾਮਾ ਉਹਦੇ 'ਚ ਦਰਜ ਹੈ ਕਿ ਭਾਈ ਆਪਣੇ ਵਿਆਹ ਆਪਣੇ ਘਰ ਦੇ ਸਮਾਗਮਾਂ ਵਿੱਚ ਸਾਦਗੀ ਲੈ ਕੇ ਆਓ। ਇਹ ਇੱਕ ਬਹੁਤ ਵੱਡਾ ਕਾਰਨ ਹੈ ਕਰਜ਼ੇ ਦਾ ਅਤੇ ਚਿੰਤਾ ਦਾ। ਜਿਹਨਾਂ ਪਰਿਵਾਰਾਂ ਵਿੱਚ ਬੱਚੀਆਂ ਨੇ ਉਹਨਾਂ ਨੂੰ ਬੜੀ ਚਿੰਤਾ ਵੀ ਕਿਵੇਂ ਵੀ ਬੱਚੀਆਂ ਦਾ ਵਿਆਹ ਕਰਾਂਗੇ। ਕਿਉਂ? ਕਿਉਂਕਿ ਬਾਕੀਆਂ ਨੇ ਇੱਕ ਸਿਸਟਮ ਬਣਾ ਦਿੱਤਾ ਵੀ ਇਹਨਾਂ 'ਤੇ ਖਰਚਾ ਕਰਨਾ ਹੀ ਪਏਗਾ। ਸਾਡੀ ਯੂਨੀਵਰਸਿਟੀ ਵਿੱਚ ਇੱਕ ਦਿਨ ਇੱਕ ਪੀਅਨ ਮੇਰੇ ਕੋਲ ਆ ਗਿਆ, ਉਹ ਕਿਤਾਬ ਉਹਨੇ ਪੜ੍ਹੀ ਸੀ, ਮੈਨੂੰ ਕਹਿੰਦਾ ਡਾਕਟਰ ਸਾਹਿਬ 2 ਸਾਲ ਪਹਿਲੇ ਮੇਰੇ ਪਿਤਾ ਜੀ ਦੀ ਡੈਥ ਹੋਈ ਅਤੇ ਭੋਗ 'ਤੇ ਮੇਰਾ 40,000 ਲੱਗ ਗਿਆ। ਹੋ ਸਕਦਾ ਸਾਡੇ ਵਾਸਤੇ 40,000 ਕੋਈ ਗੱਲ ਨਾ ਹੋਵੇ, ਪਰ ਉਹ ਪੀਅਨ ਚਪੜਾਸੀ ਜਿਹਦੀ ਤਨਖਾਹ ਹੀ 8,000 ਸੀ, ਉਹਦੀ 5 ਮਹੀਨੇ ਦੀ ਤਨਖਾਹ ਪਿਤਾ ਦੇ ਮਰਨੇ 'ਤੇ ਲੱਗ ਗਈ। ਸਤ ਸੰਗਤ ਜੀ, ਇਹ 40,000 ਕਿੰਨੇ ਲਗਵਾਇਆ ਉਹਦਾ ਦੱਸੋ ਜੀ, ਕਿੰਨੇ ਲਗਵਾਇਆ? ਆਪਾਂ ਲਗਵਾਇਆ, ਸਮਾਜ ਨੇ ਲਗਾਇਆ, ਸਮਾਜ ਨੇ ਮਜਬੂਰ ਕੀਤਾ ਕਿ ਇਹ ਐਫੋ ਜੀ ਰੋਟੀ ਕਰ, ਇਹ ਰਸਮਾਂ ਕਰ। ਗੁਰੂ ਸਾਹਿਬ ਨੇ ਸਿੱਖ ਨੂੰ ਐਸਾ ਬਣਾਇਆ ਸੀ, ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਇਤਿਹਾਸ ਪੜ੍ਹ ਕੇ ਦੇਖੀਏ, ਇੱਕ ਬੜਾ ਪਿਆਰਾ ਜ਼ਿਕਰ ਆਉਂਦਾ ਕਿ ਲੋਕ ਕਹਿੰਦੇ ਸੀ ਸਿੱਖਾਂ ਦਾ ਜੰਮਣਾ ਵੀ ਸੌਖਾ, ਸਿੱਖਾਂ ਦਾ ਮਰਨਾ ਵੀ ਸੌਖਾ। ਐਵੇਂ ਨਹੀਂ, ਉਸ ਵੇਲੇ ਇੰਨੀਆਂ ਸ਼ਹੀਦੀਆਂ ਦੇ ਬਾਅਦ ਵੀ ਲੋਕ ਸਿੰਘ ਸਜਦੇ ਸੀ, ਉਹ ਕਹਿੰਦੇ ਸੀ ਇਹਦੇ 'ਚ ਕੋਈ ਭਰਮ ਹੀ ਨਹੀਂ, ਸਿੱਖਾਂ ਵਿੱਚ ਕੋਈ ਜੰਮ ਪਿਆ ਅਤੇ ਕੋਈ ਸੂਤਕ ਪਾਤਕ ਨਹੀਂ, ਕੋਈ ਰਸਮਾਂ ਨਹੀਂ, ਅਤੇ ਕੋਈ ਮਰ ਗਿਆ ਅਤੇ ਕੋਈ ਦਾਨ ਪੁੰਨ ਦੇਣ ਦੀ ਲੋੜ ਨਹੀਂ ਵੀ ਹੁਣ ਉਹਦੇ ਨਾਲ ਮੰਜਾ ਦਿਓ ਅਤੇ ਬਿਸਤਰੇ ਦਿਓ ਅਤੇ ਅਸਮਾਨ ਦਿਓ ਅਤੇ ਪਿੱਤਰਾਂ ਨੂੰ ਖਵਾਓ। ਬਾਣੀ ਵਿੱਚ ਇਸਦਾ ਵਿਰੋਧ ਹੈ, ਜੀਵਤ ਪਿੱਤਰ ਨਾ ਮਾਨੇ ਕਹੂ, ਮਰਨ ਦੇ ਉੱਤੇ ਸ਼ਰਾਧ ਕਰਾਉਂਦੇ ਨੇ, ਬੁਲਾ ਬੁਲਾ ਕੇ ਭੋਜਨ ਛਕਾਉਂਦੇ ਨੇ। ਆਹ ਵਟਸਐਪ ਅੱਜ ਕੱਲ੍ਹ ਬੜਾ ਚੱਲਦਾ, ਲੋਕ ਕਹਿੰਦੇ ਨੇ ਵੀ ਮੀਡੀਆ ਨੇ ਬੱਚਿਆਂ ਨੂੰ ਖਰਾਬ ਕਰ ਦਿੱਤਾ ਹੈ, ਠੀਕ ਹੈ, ਪਰ ਮੈਂ ਕਹਿੰਦਾ ਵੀ ਇਹ ਮੀਡੀਆ ਚੰਗਾ ਵੀ ਕਰ ਸਕਦਾ ਜੇ ਤੋਂ ਚੰਗੇ ਮੈਸੇਜ ਲਈਏ। ਪਤਾ ਨਹੀਂ ਕਿੱਥੋਂ ਮੈਸੇਜ ਆਇਆ, ਉਹਨਾਂ ਨੇ ਸ਼ਹਿਰ ਵਾਲਿਆਂ ਨੇ ਨਾਮ ਵੀ ਨਹੀਂ ਲਿਖਿਆ,
ਅਸੀਂ ਉਹ ਕਿਤਾਬ ਦੇ ਵਿੱਚ ਛਾਪ ਦਿੱਤਾ ਆਪ ਜੀ ਤੱਕ ਉਹ ਕਿਤਾਬਾਂ ਪਹੁੰਚ ਜਾਣਗੀਆਂ ਪ੍ਰਬੰਧਕ ਸੱਜਣ ਵੀਰ ਜੀ ਭੋਲਾ ਜੀ ਪਹੁੰਚਾ ਦੇਣਗੇ ਤੁਹਾਡੇ ਕੋਲੋਂ ਕਿਤਾਬਾਂ ਵੀ ਉਹਦੇ 'ਚ ਲਿਖਿਆ ਸੀ ਕਿ ਨਗਰ ਨਿਵਾਸੀਆਂ ਨੂੰ ਅਪੀਲ ਕਿ ਕਿਸੇ ਦੇ ਮਰਨੇ ਤੇ ਪਿੰਡ ਵਾਲੇ ਨਗਰ ਵਾਲੇ ਉਹ ਭੋਜਨ ਨਾ ਛਕਿਆ ਕਰਨ ਕੋਈ ਬਾਹਰੋਂ ਰਿਸ਼ਤੇਦਾਰ ਆਏ ਨੇ ਦੂਰੋਂ ਆਏ ਨੇ ਕੇਵਲ ਉਹੀ ਭੋਜਨ ਛਕਿਆ ਕਰਨ ਮੈਨੂੰ ਇਹ ਮੈਸੇਜ ਐਡਾ ਵਧੀਆ ਲੱਗਾ ਮੈਂ ਕਿਹਾ ਵੀ ਕੋਈ ਹੋਰ ਮੰਨੇ ਨਾ ਮੰਨੇ ਮੈਂ ਆਪਣੇ ਆਪ ਨਾਲ ਫੈਸਲਾ ਕਰ ਲਿਆ ਵੀ ਕਿ ਲੁਧਿਆਣਾ ਸ਼ਹਿਰ ਵਿੱਚ ਕਿਸੇ ਵੀ ਭੋਗ ਤੇ ਜਾਵਾਂਗਾ ਮੈਂ ਉੱਥੇ ਭੋਜਨ ਨਹੀਂ ਛਕਾਂਗਾ ਪਾਤਸ਼ਾਹ ਨੇ ਬੜਾ ਦਿੱਤਾ ਹੈ 10 ਮਿੰਟ 15 ਮਿੰਟ ਦਾ ਰਸਤਾ ਹੁੰਦਾ ਘਰੋਂ ਖਾ ਕੇ ਜਾਓ ਜਾਂ ਆ ਕੇ ਖਾ ਲਓ ਕੀ ਲੋੜ ਹੈ ਪਰ ਹੁਣ ਤਾਂ ਲੋਕ ਬੜੇ ਖੁਸ਼ ਹੁੰਦੇ ਨੇ ਕਿ ਭੋਗਾਂ 'ਤੇ ਵੀ ਇੰਨਾ ਭੋਜਨ ਵਧੀਆ ਛਕਾਇਆ ਜਾਂਦਾ ਕਹਿੰਦੇ ਜੀ ਵਿਆਹਾਂ 'ਤੇ ਫਿਰ ਸ਼ਗਨ ਦੇਣਾ ਪੈਂਦਾ ਭੋਗ 'ਤੇ ਸ਼ਗਨ ਵੀ ਨਹੀਂ ਦੇਣਾ ਪੈਂਦਾ ਚਾਰ ਚਾਰ ਤਰ੍ਹਾਂ ਦੀਆਂ ਸਵੀਟ ਡਿਸ਼ਿਜ਼ ਨੇ ਦੋ ਦੋ ਤਰ੍ਹਾਂ ਦੇ ਹੋਰ ਕਈ ਤਰ੍ਹਾਂ ਦੇ ਸਲਾਦ ਨੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਨੇ ਜੇ ਭੋਜਨ ਕਰਨਾ ਦਾਲ ਫੁਲਕਾ ਪੰਗਤ ਵਿੱਚ ਬੈਠ ਕੇ ਛਕਾਈਏ ਸਤ ਸੰਗਤ ਜੀ ਇਹ ਗੁਰਮਤਿ ਅਸੀਂ ਪਿਛਲੇ ਸਮੇਂ 'ਚ ਵਿਸਾਰ ਦਿੱਤੀ ਅਸੀਂ ਸੋਚਿਆ ਵੀ ਗੁਰਦੁਆਰਿਆਂ 'ਚ ਕੇਵਲ ਨਾਮ ਜਪਣ ਦੀ ਗੱਲ ਹੋਵੇ ਨਹੀਂ ਵੰਡ ਛਕਣ ਦੀ ਗੱਲ ਵੀ ਹੋਵੇ ਕਿਰਤ ਕਰਨ ਦੀ ਗੱਲ ਵੀ ਹੋਵੇ ਜੀਵਨ ਨੂੰ ਸੰਵਾਰਨ ਦੀ ਗੱਲ ਵੀ ਹੋਵੇ ਕਈ ਮੈਨੂੰ ਕਹਿੰਦੇ ਨਹੀਂ ਜੀ ਨਹੀਂ ਡਾਕਟਰ ਸਾਹਿਬ ਜਿੰਨਾ ਮਰਜ਼ੀ ਬੋਲ ਲਓ ਲੋਕਾਂ ਨੇ ਨਹੀਂ ਸੁਧਰਨਾ ਮੈਂ ਕਿਹਾ ਨਹੀਂ ਲੋਕੀ ਸੁਧਰ ਰਹੇ ਜੇ ਲੋਕੀ ਬਦਲ ਰਹੇ ਜੇ ਹਾਂ ਸਾਰਿਆਂ 'ਚ ਇੰਨਾ ਜ਼ੋਰ ਨਹੀਂ ਕਿ ਇੱਕਦਮ ਬਦਲ ਜਾਣ ਲੇਕਿਨ ਸਮਾਜ ਬਦਲ ਰਿਹਾ ਜੀ ਸਤੀ ਪ੍ਰਥਾ ਅੱਜ ਹੋ ਰਹੀ ਹੈ ਕਿਤੇ ਜੀ ਗੁਰੂ ਸਾਹਿਬ ਨੇ ਆਵਾਜ਼ ਉਠਾਈ ਸੀ ਅੱਜ ਸਮਾਜ 'ਚ ਸਤੀ ਪ੍ਰਥਾ ਨਹੀਂ ਹੈ ਜੋ ਜਾਤ ਪਾਤ ਯੂਪੀ ਬਿਹਾਰ ਦੇ ਵਿੱਚ ਹੈ ਉਹ ਜਾਤ ਪਾਤ ਪੰਜਾਬ ਵਿੱਚ ਨਹੀਂ ਹੈ ਉਹ ਛੂਤ ਛਾਤ ਅਸੀਂ ਨਹੀਂ ਮੰਨਦੇ ਇਸੇ ਤਰੀਕੇ ਨਾਲ ਜੇ ਅਸੀਂ ਸਾਰੇ ਇਹਨੂੰ ਆਪਣੇ ਧਰਮ ਦਾ ਅੰਗ ਮੰਨਾਂਗੇ ਕਿ ਅਸੀਂ ਫਜ਼ੂਲ ਖਰਚੀ ਨਹੀਂ ਕਰਨੀ ਸਾਦਗੀ ਲੈ ਕੇ ਆਉਣੀ ਅੱਛਾ ਇਕੱਲੇ ਵਿਆਹਾਂ 'ਤੇ ਭੋਗਾਂ 'ਤੇ ਸਾਦਗੀ ਨਹੀਂ ਓਵਰਆਲ ਸਾਰੇ ਜੀਵਨ ਵਿੱਚ ਸਾਦਗੀ ਹੋਵੇ ਹੁਣ ਸਾਡੇ ਕੀ ਬਣ ਗਿਆ ਕਿ ਜੁੱਤੀ ਥੋੜ੍ਹੀ ਜਿਹੀ ਟੁੱਟੀ ਅਸੀਂ ਸੁੱਟਦੇ ਹਾਂ ਕਹਿੰਦੇ ਨਵੀਂ ਲੈ ਲਓ ਪਤਾ ਨਹੀਂ ਤੁਹਾਡੇ ਸ਼ਹਿਰ ਦਾ ਪਤਾ ਨਹੀਂ ਮੈਨੂੰ ਲੁਧਿਆਣੇ ਮੋਚੀ ਲੱਭਣਾ ਔਖਾ ਹੋ ਜਾਂਦਾ ਜੀ ਅੱਗੇ ਜੁੱਤੀ ਗੰਢਾਉਂਦੇ ਹੁੰਦੇ ਸੀ ਆਪਾਂ ਜਦ ਤੱਕ ਚੀਜ਼ ਦੀ ਪੂਰੀ ਵਰਤੋਂ ਨਹੀਂ ਹੋ ਜਾਂਦੀ ਸੁੱਟਦੇ ਨਹੀਂ ਸੀ ਅੱਜ ਬਣ ਗਿਆ ਵੀ ਹਰ ਨਿੱਕੀ ਨਿੱਕੀ ਗੱਲ 'ਤੇ ਇਹਨੂੰ ਸੁੱਟੋ ਨਵੀਂ ਲੈ ਲਓ ਇਹਨੂੰ ਸੁੱਟੋ ਨਵੀਂ ਲੈ ਲਓ ਸਾਡੇ ਘਰਾਂ 'ਚ ਕੱਪੜਿਆਂ ਦੇ ਅੰਬਾਰ ਲੱਗੀ ਜਾ ਰਹੇ ਹਨ ਇਹ ਅਸਲ ਵਿੱਚ ਸਾਡੇ ਮਨ ਨੂੰ ਵੀ ਗੰਧਲਾ ਕਰ ਰਹੇ ਨੇ ਆਪਣੇ ਜੀਵਨ ਵਿੱਚ ਜਿੰਨੀ ਸਾਦਗੀ ਲੈ ਕੇ ਆਵਾਂਗੇ ਓਨਾ ਆਨੰਦ ਆਏਗਾ ਤੁਹਾਡੇ ਨੇੜੇ ਪਟਿਆਲੇ ਇੱਕ ਡਾਕਟਰ ਸਾਹਿਬ ਨੇ ਡਾਕਟਰ ਬਿਜਪਾਲ ਸਿੰਘ ਬੜੇ ਕਮਾਲ ਦੀ ਗੁਰਮੁਖ ਸ਼ਖਸੀਅਤ ਦੇ ਕਦੇ ਉਹਨਾਂ ਨੂੰ ਇੱਥੇ ਬੁਲਾਓ ਜੀ ਵੀਰ ਜੀ ਡਾਕਟਰ ਬਿਜਪਾਲ ਸਿੰਘ IAS ਆਫਿਸਰ ਜਿਹੜੇ ਬਣ ਜਾਂਦੇ ਨੇ ਉਹਨਾਂ ਨੂੰ ਪੜ੍ਹਾਉਂਦੇ ਹੁੰਦੇ ਸੀ ਪ੍ਰੋਫੈਸਰ ਆਫ ਇਕਨੋਮਿਕਸ ਰਿਟਾਇਰ ਹੋਏ ਨੇ ਇੰਨਾ ਸਾਦਾ ਜੀਵਨ ਔਰ ਮੈਨੂੰ ਪਤਾ ਲੱਗਾ ਉਹਨਾਂ ਦੇ ਘਰ ਜਾ ਕੇ ਕਹਿੰਦੇ ਜੀ ਉਹਨਾਂ ਦੀ ਮਿਸਿਜ ਨੇ ਦੱਸਿਆ ਕਹਿੰਦੇ ਜੀ ਇੱਕ ਨਵੀਂ ਜੇ ਸ਼ਰਟ ਲੈਂਦੇ ਨੇ ਨਾ ਤੇ ਪਿਛਲੀ ਇੱਕ ਸ਼ਰਟ ਕਿਸੇ ਨੂੰ ਦੇ ਦਿੰਦੇ ਨੇ ਕਿ ਘਰ ਦੇ ਵਿੱਚ ਕੱਪੜਿਆਂ ਦੀ ਉਹਨਾਂ ਦੀ ਸ਼ਰਟਾਂ ਦੀ ਗਿਣਤੀ ਓਨੀ ਹੀ ਰਹੇਗੀ ਲੋੜਵੰਦਾਂ ਨੂੰ ਦੇਣਾ ਇਹ ਜਿਹੜਾ ਵੰਡ ਛਕਣਾ ਹੈ ਨਾ ਇਹ ਕੇਵਲ ਲੰਗਰ ਨਹੀਂ ਵੰਡ ਛਕਣਾ ਕੇਵਲ ਛਬੀਲ ਨਹੀਂ ਵੰਡ ਛਕਣੀ ਆਪਣਾ ਗਿਆਨ ਵੀ ਵੰਡ ਛਕਣਾ ਹੈ ਆਪਣੇ ਕੱਪੜੇ ਵੀ ਵੰਡ ਛਕਣੇ ਨੇ ਆਪਣੇ ਘਰਾਂ ਦਾ ਸਮਾਨ ਵੀ ਵੰਡ ਛਕਣਾ ਬੜਾ ਪਿਆਰਾ ਉਪਰਾਲਾ ਲੁਧਿਆਣੇ ਕੁਝ ਸੰਸਥਾਵਾਂ ਨੇ ਕੀਤਾ ਨੇਕੀ ਕੀ ਦੁਕਾਨ ਬਣਾਈ ਹੈ ਸ਼ਾਇਦ ਤੁਸੀਂ ਪੜ੍ਹਿਆ ਹੋਵੇ ਗਿੱਲ ਰੋਡ 'ਤੇ ਇੱਕ ਦੁਕਾਨ ਬਣੀ ਉਹਦਾ ਨਾਂ ਹੀ ਹੈ ਨੇਕੀ ਕੀ ਦੁਕਾਨ ਉਹ ਕਹਿੰਦੇ ਨੇ ਜੋ ਤੁਹਾਡੇ ਘਰ 'ਚ ਫਾਲਤੂ ਸਮਾਨ ਹੈ ਇੱਥੇ ਛੱਡ ਜਾਓ ਅਤੇ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਕਹਿੰਦੇ ਨੇ ਆਓ ਭਾਈ ਇੱਥੋਂ ਲੈ ਜਾਓ ਹਾਂ ਉਹਦਾ ਮੁੱਲ ਉਹਨਾਂ ਨੇ 5 ਰੁਪਏ ਜਾਂ 10 ਰੁਪਏ ਰੱਖ ਦਿੱਤਾ ਕਿ ਸਿਰਫ ਲੋੜਵੰਦ ਲੈ ਜਾਏ ਇਹ ਨਹੀਂ ਇੱਥੋਂ ਜਾ ਕੇ ਬਾਹਰ ਸੁੱਟ ਦੇਵੇ ਇੱਥੇ ਵੀ ਚੱਲ ਰਹੀ ਹੈ ਬਹੁਤ ਵਧੀਆ ਗੱਲ ਵੰਡ ਛਕੀਏ ਆਪਣਾ ਸਮਾਨ ਆਪਣੇ ਰਿਸ਼ਤੇਦਾਰ ਆਪਣੇ ਆਂਢ ਗੁਆਂਢ ਜਿਹਨੂੰ ਲੋੜ ਹੈ ਅੱਛਾ ਕਈ ਲੋਕ ਕਹਿੰਦੇ ਜੀ ਵਿਆਹ 'ਤੇ ਨਹੀਂ ਖਰਚਣਾ ਫਿਰ ਕਿੱਥੇ ਖਰਚਣਾ
ਕਹਿੰਦੇ ਸਾਰੀ ਉਮਰ ਇਕੱਠਾ ਕਰਦੇ ਹਾਂ ਵਿਆਹ ਵਾਸਤੇ ਕੀ ਕਰੀਏ? ਇਹ ਸਵਾਲ ਠੀਕ ਹੈ ਕਿ ਗਲਤ? ਮੈਨੂੰ ਲੱਗਦਾ ਠੀਕ ਹੈ ਉਹਨਾਂ ਦੇ ਮਨ 'ਚ, ਹੁਣ ਕੋਈ ਆਲਟਰਨੇਟਿਵ ਦੇਣਾ ਪਏਗਾ। ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਵਿਆਹ ਦੇ ਉੱਤੇ ਤੁਸੀਂ ਲੱਭੋ ਕਿਹੜੇ ਕਿਹੜੇ ਪਰਿਵਾਰ ਲੋੜਵੰਦ ਨੇ, ਉਹਨਾਂ ਨੂੰ ਗੱਫੇ ਦੇ ਦਿਓ ਉੱਥੇ। ਆ ਪਿੱਛੇ ਲੁਧਿਆਣੇ ਇੱਕ ਵਿਆਹ ਹੋਇਆ, ਬੱਚਾ ਬੱਚੀ ਦੋਨੋਂ ਬੜੇ ਪੜ੍ਹੇ ਲਿਖੇ, ਇੱਕੋ ਹੀ ਫੰਕਸ਼ਨ ਕੀਤਾ, ਬੜਾ ਸਾਦਾ ਆਨੰਦ ਕਾਰਜ ਕੀਤਾ। ਤੁਸੀਂ ਫੋਟੋ ਦੇਖੋਗੇ ਤੁਹਾਨੂੰ ਲੱਗੇਗਾ ਬੜਾ ਵਧੀਆ। ਜਿਹੜਾ ਇੱਕ ਹੋਟਲ ਦਾ ਇੱਕ ਕਮਰਾ ਲਿਆ ਜਿੱਥੇ ਉਹਨਾਂ ਨੇ ਲੇਡੀ ਸੰਗੀਤ ਲੜਕੇ ਵਾਲਿਆਂ ਨੇ ਕੀਤਾ ਅਤੇ ਲੜਕੀ ਵਾਲਿਆਂ ਨੂੰ ਨਾਲ ਹੀ ਬੁਲਾ ਲਿਆ, ਕਹਿੰਦੇ ਜੀ ਸਾਂਝਾ ਹੀ ਕਰ ਲੈਂਦੇ ਹਾਂ। ਦੋਨਾਂ ਪਰਿਵਾਰਾਂ ਨੇ ਇੱਕ ਇੱਕ ਫੰਕਸ਼ਨ ਹੀ ਕੀਤਾ। ਅੱਛਾ ਉਹ ਇਸ ਤੋਂ ਛੋਟਾ ਇੰਨਾ ਕੁ ਹਾਲ ਹੋਏਗਾ? ਅਤੇ ਹੋਟਲ ਵਾਲੇ ਕਹਿੰਦੇ ਜੀ ਇਹ ਤਾਂ ਹਾਲ ਦਾ ਕਿਰਾਇਆ ਇੰਨਾ ਹੋ ਗਿਆ, ਬਾਕੀ ਜਿਹੜਾ ਜੀ ਸਜਾਵਟ ਕਰਨੀ ਹੈ। ਉਹ ਕਹਿੰਦੇ ਸਜਾਵਟ ਦੀ ਲੋੜ ਨਹੀਂ, ਬੜੀ ਵਧੀਆ ਤੁਹਾਡੀਆਂ ਦੀਵਾਰਾਂ ਨੇ, ਬੜੇ ਵਧੀਆ ਟੇਬਲ ਨੇ। ਅੱਜ ਕੱਲ੍ਹ ਡੈਕੋਰੇਸ਼ਨ 'ਤੇ ਹੀ 50,000 ਤੋਂ ਲੈ ਕੇ 5-5 ਲੱਖ ਡੈਕੋਰੇਸ਼ਨ 'ਤੇ ਹੀ ਲਾ ਦਿੰਦੇ ਨੇ। ਇੰਨੇ ਇੰਨੇ ਫੁੱਲ ਲਾ ਦਿਓ, ਇੰਨੇ ਇੰਨੇ ਕੱਪੜੇ ਲਾ ਦਿਓ। ਉਹ ਬੱਚਿਆਂ ਨੇ ਇਹੋ ਜਿਹਾ ਕੁਛ ਨਹੀਂ ਕੀਤਾ। ਦੋਹਾਂ ਪਰਿਵਾਰਾਂ ਨੇ 10 ਲੱਖ ਵਿਆਹ ਦੀ ਫਜ਼ੂਲ ਖਰਚੀ ਤੋਂ ਬਚਾ ਕੇ ਇੱਕ ਫੰਡ ਬਣਾ ਦਿੱਤਾ ਕਿ ਜਿਹੜੇ ਲੋੜਵੰਦ ਗਰੀਬ ਗੁਰਸਿੱਖ ਬੱਚੇ ਨੇ ਅਸੀਂ ਉਹਨਾਂ ਨੂੰ ਵਜ਼ੀਫੇ ਦਿਆ ਕਰਾਂਗੇ। ਕਿਆ ਵਧੀਆ ਗੱਲ ਹੈ! ਚਲੋ ਅਸੀਂ ਪੰਜਾਬ ਵਾਲੇ ਹਾਲੀ ਪਿੱਛੇ ਜੇ ਮਹਾਰਾਸ਼ਟਰ ਵਿੱਚ, ਉੱਥੇ ਵੀ ਬੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ। ਉੱਥੇ ਵੀ ਲੋਕ ਬੜੇ ਸੁਚੇਤ ਹੋਏ, ਸਿਆਣੇ ਲੋਕਾਂ ਨੇ, ਇੱਕ ਬਹੁਤ ਵੱਡੇ ਕਾਰੋਬਾਰੀ ਨੇ ਆਪਣੀ ਲੜਕੀ ਦੇ ਵਿਆਹ 'ਤੇ 90 ਕਮਰੇ ਬਣਾ ਕੇ ਗਰੀਬਾਂ ਨੂੰ ਇੱਕ ਇੱਕ ਕਮਰਾ ਦੇ ਦਿੱਤਾ ਸੀਗਾ। ਉਹਦੇ ਕੋਲ 1 ਕਰੋੜ ਰੁਪਏ, ਉਹਨੇ 1 ਕਰੋੜਾਂ ਵਿਆਹ 'ਤੇ ਉਜਾੜਨੇ ਸੀ। ਕਹਿੰਦਾ ਮੈਂ ਨਹੀਂ ਉਜਾੜ ਰਿਹਾ, ਮੈਂ ਇਹ ਲੋਕਾਂ ਨੂੰ ਮਕਾਨ ਬਣਾ ਕੇ ਦੇਣਾ। ਇਹੋ ਜਿਹੀ ਮਿਸਾਲ ਪੈਦਾ ਕਰੀਏ ਕਿ ਜੇ ਸਾਡੇ ਕੋਲ ਫਾਲਤੂ ਹੈ, ਸਾਡੇ ਕੋਲ ਚੰਗਾ ਹੈ, ਤਾਂ ਉਹ ਕਿਸੇ ਦੀ ਕੰਮ ਆਵੇ। ਸਤਿ ਸੰਗਤ ਜੀ, ਹਿੰਦੁਸਤਾਨ ਵਿੱਚ ਅਮੀਰ ਅਤੇ ਗਰੀਬ ਦਾ ਗੈਪ ਇੰਨਾ ਵੱਧ ਰਿਹਾ, ਜੇ ਅਸੀਂ ਇਹਨੂੰ ਕੰਟਰੋਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਕਹਿੰਦੇ ਨੇ ਸੋਸ਼ਲ ਅਨਰੈਸਟ ਹੋ ਜਾਏਗਾ। ਇੱਕ ਪਾਸੇ ਖਾਣ ਨੂੰ ਚੀਜ਼ ਨਹੀਂ, ਦੂਜੇ ਪਾਸੇ ਵਾਧੂ ਹੈ, ਅਤੇ ਜਿਹਦੇ ਕੋਲ ਵਾਧੂ ਹੈ ਵਿਖਾਵਾ ਵੀ ਵਾਧੂ ਕਰ ਰਿਹਾ ਉਹ। ਇਹ ਲੁੱਟਾਂ ਖੋਹਾਂ ਨਸ਼ੇ ਇਹ ਵਧਣਗੇ, ਅਤੇ ਜੇ ਬਰਾਬਰੀ ਦਾ ਸਮਾਜ ਹੋਏਗਾ, ਸਾਨੂੰ ਵੰਡ ਛਕਣ ਦਾ ਸਿਧਾਂਤ ਇਹੀ ਦਿੱਤਾ ਗਿਆ ਵੀ ਤੇਰੇ ਮੁਹੱਲੇ ਵਿੱਚ, ਤੇਰੇ ਪਿੰਡ ਵਿੱਚ ਕੋਈ ਭੁੱਖਾ ਨਾ ਸੋਵੇ, ਕੋਈ ਦਵਾਈ ਖੁਣੋ ਨਾ ਮਰ ਜਾਵੇ, ਕੋਈ ਪੜ੍ਹਾਈ ਤੋਂ ਬਿਨਾਂ ਕੋਈ ਬੱਚਾ ਨਾ ਰਹਿ ਜਾਵੇ। ਆਓ ਆਪਣਾ ਦਸਵੰਧ ਇੱਥੇ ਲਾਈਏ। ਸਾਧ ਸੰਗਤ ਜੀ, ਕਿੰਨਾ ਪਿਆਰਾ ਹੁਕਮ ਇਤਿਹਾਸ ਵਿੱਚ ਮਿਲਦਾ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਅੱਜ ਕੱਲ੍ਹ ਪ੍ਰਚਾਰਕ ਬੋਲਦੇ ਹੀ ਨਹੀਂ, ਪ੍ਰਬੰਧਕ ਹੀ ਮਨਾ ਕਰ ਦਿੰਦੇ ਨੇ, ਜੇ ਤੁਸੀਂ ਇਹ ਸਾਖੀ ਸੁਣਾਈ ਸਾਡੀ ਗੋਲਕ ਘੱਟ ਜਾਏਗੀ। ਅਸੀਂ ਬਚਪਨ 'ਚ ਸੁਣਦੇ ਸੀ, ਅੱਜ ਕੱਲ੍ਹ ਮੈਨੂੰ ਬਹੁਤ ਘੱਟ ਕੋਈ ਜਣਾ ਇਹ ਗੱਲ ਸੁਣਾਉਂਦਾ। ਇਹ ਨਾਰੇ ਆਪਣੇ ਮਨਾਂ 'ਤੇ ਆਪਣੇ ਘਰਾਂ ਵਿੱਚ ਲਿਖ ਲਈਏ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜੇ ਤੁਸੀਂ ਗਰੀਬ ਨੂੰ ਕੋਈ ਮਾਇਆ ਦਿੱਤੀ ਹੈ, ਸੱਚ ਜਾਣਿਓ ਸਿੱਧਾ ਗੁਰੂ ਕੋਲ ਪਹੁੰਚ ਗਈ ਜੇ, ਸੱਚ ਜਾਣਿਓ ਸਿੱਧਾ ਡਾਇਰੈਕਟ ਟ੍ਰਾਂਸਫਰ ਹੈ। ਜੇ ਇੱਥੇ ਦਿੰਦੇ ਹੋ ਤਾਂ ਪ੍ਰਬੰਧਕਾਂ ਰਾਹੀਂ ਜਾਂਦੀ ਹੈ, ਅਤੇ ਜੇ ਤੁਸੀਂ ਸਿੱਧਾ ਦਿੰਦੇ ਹੋ ਤਾਂ ਪਰਮਾਤਮਾ ਗੁਰੂ ਕੋਲ ਤੁਹਾਡਾ ਉਹ ਦਸਵੰਧ ਪਹੁੰਚ ਜਾਂਦਾ ਜੀ। 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਆ ਰਿਹਾ ਹੈ। ਕਹਿੰਦੇ ਨੇ 5ਵੇਂ ਪਾਤਸ਼ਾਹ ਜਦੋਂ ਦਰਬਾਰ ਸਾਹਿਬ ਦੀ ਸੇਵਾ ਕਰਾ ਰਹੇ ਸੀ, ਉਹਨਾਂ ਦਿਨਾਂ 'ਚ ਲਾਹੌਰ 'ਚ ਗਿਲਟੀ ਤਾਪ ਫੈਲਿਆ, ਇਤਿਹਾਸ 'ਚ ਲਿਖਿਆ ਮਿਲਦੀ, ਅਤੇ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਲਈ ਸਾਰਾ ਜਿਹੜਾ ਦਸਵੰਧ ਇਕੱਠਾ ਹੋਇਆ ਸੀ ਉਹ ਲੈ ਕੇ ਲਾਹੌਰ ਚਲੇ ਗਏ, ਸਿੱਖਾਂ ਨੂੰ ਲੈ ਕੇ। ਉਹ ਜਿਹੜਾ ਤਾਪ ਫੈਲਿਆ ਸੀ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਭੋਜਨ ਛਕਾਇਆ। ਇਹ ਸਿੱਖ ਦਾ ਫਰਜ਼ ਹੈ ਕਿ ਸਮਾਜ ਵਿੱਚ ਕਿਤੇ ਵੀ ਕੋਈ ਲੋੜਵੰਦ ਹੈ, ਸਿੱਖ ਉਹਦੇ ਲਈ ਕੰਮ ਕਰੇ, ਸਿੱਖ ਉਹਦੀ ਮਦਦ ਕਰੇ। ਸਤਿ ਸੰਗਤ ਜੀ, ਅੱਜ ਇੰਨੀ ਬਾਣੀ ਪੜ੍ਹੀ ਜਾ ਰਹੀ ਹੈ, ਇੰਨਾ ਪ੍ਰਚਾਰ ਹੋ ਰਿਹਾ, ਉਹਦੇ ਬਾਵਜੂਦ ਜੇ ਸਾਡੇ ਅੰਦਰ ਖੇੜਾ, ਖੁਸ਼ੀ, ਆਨੰਦ, ਚੜ੍ਹਦੀ ਕਲਾ ਨਹੀਂ ਆ ਰਹੀ, ਉਹਦੇ ਕਾਰਨ ਇਹ ਵੀ ਹੈਗੇ ਨੇ, ਸੋਸ਼ਲ ਰੀਜ਼ਨਸ ਨੇ, ਸਾਈਕੋਲੋਜੀਕਲ ਰੀਜ਼ਨਸ ਨੇ।
ਸਾਨੂੰ ਬਾਣੀ ਪੜ੍ਹਨ ਦੇ ਨਾਲ ਨਾਲ ਜਿਹੜੇ ਸਮਾਜਿਕ ਕਰਤੱਵ ਨੇ ਸਾਨੂੰ ਉਹ ਵੀ ਆਪਣੇ ਨਿਭਾਉਣੇ ਪੈਣਗੇ। ਆਓ ਪ੍ਰਣ ਕਰੀਏ ਅਸੀਂ ਆਪਣਾ ਜੀਵਨ ਸਾਦਾ ਬਣਾਵਾਂਗੇ। ਜਿੱਥੇ ਕਿਤੇ ਜਾਓ ਉੱਥੇ ਜਾ ਕੇ ਵੀ ਇਹਦੇ ਬਾਰੇ ਗੱਲ ਕਰੀਏ। ਮੈਂ ਤਾਂ ਕਹਿੰਦਾ ਵਿਆਹ ਭਾਵੇਂ ਘਰ ਵਿੱਚ 2 ਸਾਲ ਬਾਅਦ ਹੈ, ਹੁਣੇ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ, ਅਸੀਂ ਕਿਵੇਂ ਦਾ ਵਿਆਹ ਕਰਨਾ। ਬੱਚਾ ਬੱਚੀ ਜਿਨ੍ਹਾਂ ਦਾ ਇੰਗੇਜਮੈਂਟ ਹੁੰਦੀ ਹੈ, ਰੋਕਾ ਹੁੰਦਾ, ਉਹ ਬੱਚਾ ਬੱਚੀ ਵੀ ਇੱਕ ਦੂਜੇ ਨਾਲ ਗੱਲ ਕਰਨ ਕਿ ਅਸੀਂ ਆਪਣਾ ਵਿਆਹ ਕਿਵੇਂ ਯੂਨੀਕ ਕਰਨਾ ਹੈ, ਕਿਵੇਂ ਅਸੀਂ ਪੈਸੇ ਵੇਸਟ ਕਰਨ ਤੋਂ ਬਚਾ ਕੇ ਕਿਸੇ ਚੰਗੇ ਕੰਮ 'ਤੇ ਲਾਉਣੇ। ਮੈਂ ਤਾਂ ਕਹਿੰਦਾ ਜੇ ਚਲੋ ਕਿਸੇ ਗਰੀਬ ਨੂੰ ਨਹੀਂ ਦੇਣੇ ਨਾ, ਉਹ ਪੈਸੇ ਬਚਾ ਕੇ ਜਿਨ੍ਹਾਂ ਦਾ ਵਿਆਹ ਹੋਇਆ ਬੱਚੇ ਬੱਚੀ ਉਹਨਾਂ ਨੂੰ ਹੀ ਦੇ ਦਿਓ, ਉਹੀ ਆਪਣਾ ਜੀਵਨ ਵਧੀਆ ਬਿਤਾ ਲੈਣਗੇ। ਇਹ ਕੀ ਹੋਇਆ, 2 ਦਿਨਾਂ ਦੇ ਵਿੱਚ ਪੈਲੇਸ ਬੁੱਕ ਕਰਕੇ 2-4 ਘੰਟਿਆਂ 'ਚ ਪੈਸਾ ਉਜਾੜ ਦੇਣਾ। ਇੰਨੀ ਮਿਹਨਤ ਦੀ ਕਮਾਈ ਕਰਨੀ, ਉਹਨੂੰ 2 ਘੰਟੇ 'ਚ ਲੋਕਾਂ ਦੀ ਵਾਹ ਵਾਹ ਲਈ ਉਜਾੜ ਦੇਣਾ। ਬਾਣੀ ਪੜ੍ਹਨ ਵਾਲਾ ਦੁਨੀਆਂ ਦੀ ਪਰਵਾਹ ਨਹੀਂ ਕਰਦਾ। ਪਾਤਸ਼ਾਹ ਤੇ ਬਾਣੀ ਜਿੱਥੇ ਤੱਕ ਕਹਿੰਦੇ ਨੇ, ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇਂ ਕੌਮ। ਦੱਸੋ ਜੀ, ਜੇ ਆਪਣੇ ਘਰਾਂ 'ਚ ਸਾਰਿਆਂ ਨੇ ਵਿਆਹ ਕੀਤੇ ਹੀ ਹੋਣਗੇ, ਕਿੰਨੇ ਕੁ ਦਿਨ ਕਿਸੇ ਨੇ ਵਧਾਈ ਦਿੱਤੀ ਵੀ ਬੜਾ ਵਧੀਆ ਵਿਆਹ ਕੀਤਾ, 2-4 ਦਿਨ ਭੁੱਲ ਗਏ ਸਾਰੇ, ਤੁਹਾਡਾ ਇੰਨਾ ਪੈਸਾ ਲੱਗ ਗਿਆ। ਪਾਤਸ਼ਾਹ ਕਹਿੰਦੇ ਨੇ, ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇਂ ਕੰਮ, ਤੇਰੇ ਕਿਹੜੇ ਕੰਮ ਆਉਣਗੀਆਂ, ਕੋਈ ਕੰਮ ਨਹੀਂ ਆਉਣਗੀਆਂ। ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਇਹਨੂੰ ਅੱਗ ਵਿੱਚ ਸਾੜ ਦਿਓ, ਕਿਸੇ ਕੰਮ ਦੀਆਂ ਵਡਿਆਈਆਂ ਨਹੀਂ। ਆਪਣੀ ਚਾਦਰ ਵੇਖ ਕੇ ਪੈਰ ਪਸਾਰੀਏ। ਬੜੀ ਹੈਰਾਨੀ ਦੀ ਗੱਲ ਸਾਧ ਸੰਗਤ ਜੀ, ਸਭ ਤੋਂ ਘੱਟ ਖੁਦਕੁਸ਼ੀਆਂ ਕਿਹੜੇ ਰਾਜ ਵਿੱਚ ਹੁੰਦੀਆਂ ਹੋਣਗੀਆਂ ਜੀ, ਹਿੰਦੁਸਤਾਨ ਦੀ ਕਿਹੜੀ ਸਟੇਟ ਵਿੱਚ ਸਭ ਤੋਂ ਘੱਟ ਹੁੰਦੀਆਂ ਹੋਣਗੀਆਂ, ਗੈਸ ਕਰੋ ਜੀ। ਬਿਹਾਰ ਵਿੱਚ, ਪੰਜਾਬ ਵਿੱਚ 9.7%, ਬਿਹਾਰ ਵਿੱਚ 0.3%। ਗਰੀਬੀ ਬਿਹਾਰ ਵਿੱਚ ਜ਼ਿਆਦਾ। ਇਹਦਾ ਮਤਲਬ ਇਕੱਲਾ ਗਰੀਬੀ ਕਾਰਨ ਨਹੀਂ ਹੈ, ਸੋਚ ਬਦਲਣਾ ਕਾਰਨ ਹੈ। ਸਾਡੀ ਸੋਚ ਭੈੜੀ ਹੋ ਗਈ, ਸਾਡੀ ਸੋਚ ਢਹਿੰਦੀ ਕਲਾ ਵਾਲੀ ਹੋ ਗਈ, ਸਾਡੀ ਸੋਚ ਘਬਰਾਹਟ ਵਾਲੀ ਹੋ ਗਈ। ਉਹ ਲੋਕ ਖੁਦਕੁਸ਼ੀ ਨਹੀਂ ਕਰਦੇ, ਉਹ ਜੂਝਦੇ ਨੇ, ਗਰੀਬੀ ਹੈ ਜੂਝਦੇ ਨੇ। ਮੈਂ ਪੁੱਛਿਆ ਕਿਸੇ ਨੂੰ ਉੱਥੇ ਐਵੇਂ ਕਿਉਂ, ਇੱਕ ਸੱਜਣ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਜੀ ਪੰਜਾਬ ਵਾਲਿਆਂ ਕੋਲ ਆਮਦਨ 1 ਰੁਪਈਆ ਹੋਏ ਨਾ ਤੇ ਉਹ ਖਰਚਾ 2 ਰੁਪਏ ਕਰਦੇ ਨੇ। ਪੰਜਾਬ ਦੀ ਆਮਦਨ ਕਿਸੇ ਦੀ 1 ਰੁਪਈਆ ਹੈ ਤੇ ਖਰਚਾ 1.5 ਰੁਪਈਆ 2 ਰੁਪਈਏ ਕਰਦੇ ਨੇ, ਜਿੰਨਾ ਜੇਬ ਵਿੱਚ ਹੈਗਾ ਉਸ ਤੋਂ ਵੱਧ ਖਰਚਦੇ ਨੇ। ਤੇ ਕਹਿੰਦੇ ਬਿਹਾਰ ਵਾਲਿਆਂ ਦੀ ਆਮਦਨ 50 ਪੈਸੇ ਹੈ, ਖਰਚਾ 40 ਪੈਸੇ ਕਰਦੇ ਨੇ, ਉਹ ਸੇਵਿੰਗ ਕਰਦੇ ਨੇ, ਬਚਾਉਂਦੇ ਨੇ। ਆ ਮੈਂ ਥੋੜ੍ਹੇ ਦਿਨ ਪਹਿਲਾਂ ਮਲੋਟ ਇਲਾਕੇ 'ਚ ਗਿਆ, ਇੱਕ ਵੀਰ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਜੀ ਇੱਕ ਬਿਹਾਰ ਦਾ ਇੱਥੇ ਨੌਜਵਾਨ ਕੰਮ ਕਰਦਾ ਕਰਦਾ ਠੇਕੇਦਾਰ ਬਣ ਗਿਆ, ਚੰਗੇ ਵਾਹਵਾ ਪੈਸੇ ਵੀ ਉਹਦੇ ਕੋਲ ਆ ਗਏ, ਅਤੇ ਉਹਦੇ ਪਿਤਾ ਦੀ ਡੈਥ ਹੋਈ, ਉਹਨੇ ਬੜਾ ਵੱਡਾ ਭੋਗ ਅਰੇਂਜ ਕੀਤਾ। ਕਹਿੰਦੇ ਅਸੀਂ ਕਿਹਾ ਵੀ ਇਹ ਤਾਂ ਪੰਜਾਬੀ ਕਰਦੇ ਹੁੰਦੇ ਸੀ, ਤੁਸੀਂ ਵੀ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ, ਕਹਿੰਦਾ ਮੇਰੇ ਕੋਲ ਬੜੀ ਗਲਤੀ ਹੋ ਗਈ ਜੀ, ਮੈਂ ਇਹ ਕੀਤਾ। ਕਹਿੰਦੇ ਜੀ ਮੇਰੀ ਬਰਾਦਰੀ ਦੇ ਬੰਦੇ ਉਹ ਭੋਗ ਤੇ ਆਏ ਹੀ ਨਹੀਂ, ਕਹਿੰਦੇ ਤੂੰ ਐਵੇਂ ਦਾ ਭੋਗ ਪਾਉਣਾ ਤੇ ਦੇਖ ਕੇ ਸਾਡੇ ਬੱਚੇ ਸਾਡੇ ਲੋਕ ਵੀ ਕਹਿਣਗੇ ਵੀ ਐਵੇਂ ਦਾ ਹੀ ਕਰਨਾ ਪਏਗਾ। ਅਸੀਂ ਉਹਨਾਂ ਨੇ ਰੋਕਿਆ, ਉਹ ਨਹੀਂ ਰੁਕਿਆ ਤੇ ਉਹ ਕਹਿੰਦੇ ਅਸੀਂ ਭੋਗ ਤੇ ਹੀ ਨਹੀਂ ਆਉਣਾ, ਜੇ ਤੂੰ ਐਵੇਂ ਦਾ ਡੰਬਰ ਕਰੇਗਾ ਸਾਡਾ ਸਮਾਜ ਵਿਗੜੇਗਾ। ਮੈਂ ਸੋਚਿਆ ਕਿੰਨੇ ਸੁਚੇਤ ਲੋਕ ਨੇ ਉਹ, ਆਪਣੇ ਆਲੇ ਦੁਆਲੇ ਕੋਈ ਸਾਦਗੀ ਭਰਿਆ ਫੰਕਸ਼ਨ ਕਰੇ ਉਹਨੂੰ ਵਧਾਈ ਦਿਆ ਕਰੀਏ, ਕਿਸੇ ਦੇ ਘਰ ਵਿਆਹ ਹੈ ਪਹਿਲਾਂ ਚਲੇ ਜਾਈਏ ਉਹਨੂੰ ਕਹੀਏ ਡੰਬਰ ਨਾ ਕਰੀ, ਫਜ਼ੂਲ ਖਰਚੀ ਨਾ ਕਰੀ। ਜੇ ਇਸ ਤਰ੍ਹਾਂ ਕਰਾਂਗੇ ਪੰਜਾਬ ਬਚੇਗਾ, ਜੇ ਨਹੀਂ ਕਰਾਂਗੇ ਲੋਕਾਂ ਦੀ ਰੀਸੇ ਆਪਣੇ ਘਰ ਉਜਾੜ ਦਿਆਂਗੇ। ਵਿਆਹਾਂ ਸਮੇਂ ਵਿਖਾਵਾ ਦਿਨ 4 ਦਾ,
ਕਰਜ਼ਾ ਤੇ ਪਛਤਾਵਾ ਪਰ ਉਮਰ ਦਾ, ਉਮਰ ਭਰ ਪਛਤਾਉਂਦੇ ਰਹਾਂਗੇ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਬਾਣੀ ਦੀ ਓਟ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਸਾਦਗੀ ਲੈ ਕੇ ਆਈਏ। ਸੰਜਮ ਦਾ ਜੀਵਨ, ਸਹਿਜ ਦਾ ਜੀਵਨ, ਆਨੰਦ ਦਾ ਜੀਵਨ ਹੋਏਗਾ। ਬਾਕੀ ਦੇ ਵਿੱਚ ਚਿੰਤਾ ਏ, ਤੋਖਲਾ ਏ, ਸਹਿਸਾ ਏ, ਆਨੰਦ ਨਹੀਂ। ਬਾਣੀ ਪੜ੍ਹ ਕੇ ਸਾਡੇ ਸਮਾਜਿਕ ਜਿਹੜੇ ਕਰਮ ਨੇ ਉਹ ਬਦਲਣੇ ਚਾਹੀਦੇ। ਬਾਣੀ ਪੜ੍ਹ ਕੇ ਸਾਡੇ ਪਰਿਵਾਰਾਂ ਵਿੱਚ ਪਿਆਰ ਆਉਣਾ ਚਾਹੀਦਾ, ਇਹ ਬਹੁਤ ਜ਼ਰੂਰੀ ਗੱਲ। ਮੈਂ ਬੇਨਤੀ ਕਰਾਂਗਾ ਘਰਾਂ ਦੇ ਵਿੱਚ, ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਹਰ ਕਾਪੜ ਪਹਿਰੋ ਖਿਮਕਾ, ਖਿਮਕਾ ਭਾਵ ਖਿਮਾ ਦਾ। ਜਿਸ ਪਰਿਵਾਰ ਦੇ ਵਿੱਚ ਇੱਕ ਦੂਜੇ ਨੂੰ ਖਿਮਾ ਨਹੀਂ ਕੀਤਾ ਜਾਂਦਾ, ਉਸ ਪਰਿਵਾਰ ਵਿੱਚ ਪਿਆਰ ਕਦੇ ਨਹੀਂ ਬਣ ਸਕਦਾ। ਪਤਨੀ ਨੇ ਕੁਛ ਕਹਿ ਦਿੱਤਾ, ਪਤੀ ਖਿਮਾ ਕਰ ਦੇ, ਪਤੀ ਨੇ ਕੁਛ ਬੋਲਿਆ ਗਿਆ ਤੇ ਪਤਨੀ ਖਿਮਾ ਕਰ ਦੇਵੇ, ਭੁੱਲ ਜਾਈਏ। ਖਿਮਾ ਸਿਗਾਰ ਅਪਣਾਈਏ। ਅਸੀਂ ਸ਼ਿੰਗਾਰ ਕਰਦੇ ਹਾਂ ਬਿੰਦੀਆਂ ਦਾ, ਕਾਂਟਿਆਂ ਦਾ, ਪਾਊਡਰਾਂ ਦਾ, ਕੱਪੜਿਆਂ ਦਾ ਸ਼ਿੰਗਾਰ ਕਰਦੇ ਹਾਂ। ਪਾਤਸ਼ਾਹ ਕਹਿੰਦੇ ਨੇ, ਖਿਮਾ ਦਾ ਸ਼ਿੰਗਾਰ ਕਰ, ਤੂੰ ਤੇਰੇ ਕੋਲ ਖਿਮਾ ਵਰਗਾ ਗੁਣ ਹੋਏ। ਮੈਂ ਤੇ ਕਹਿਣਾ ਸ਼ੁਰੂ ਕੀਤਾ, ਕੋਈ ਵੀ ਕਮਜ਼ੋਰ ਬੰਦਾ ਕਿਸੇ ਨੂੰ ਮਾਫ਼ ਨਹੀਂ ਕਰ ਸਕਦਾ। ਸਮਾਂ ਹੋ ਗਿਆ, ਇੱਕ ਦੋ ਬੇਨਤੀਆਂ ਕਰਾਂਗਾ। ਆਨੰਦ ਕਾਰਜ ਦੀ ਗੱਲ, ਪਰਿਵਾਰ ਦੀ ਸ਼ੁਰੂਆਤ ਆਨੰਦ ਕਾਰਜ ਤੋਂ ਹੁੰਦੀ ਹੈ, ਉਹ ਨੀਂਹ ਬੜੀ ਵਧੀਆ ਬਣਨੀ ਚਾਹੀਦੀ ਹੈ। ਸਤ ਸੰਗਤ ਜੀ, ਮੈਨੂੰ ਇਸ ਉਮਰ ਵਿੱਚ 50 ਸਾਲ ਤੋਂ ਵੱਧ ਉਮਰ ਹੋ ਗਈ, ਅੱਜ ਮੈਨੂੰ ਜਾ ਕੇ ਇਹ ਗੱਲ ਸਮਝ ਆਈ ਕਿ ਆਨੰਦ ਕਾਰਜ ਵੇਲੇ ਜਿਹੜੀਆਂ ਚਾਰ ਲਾਵਾਂ ਪੜੀਆਂ ਜਾਂਦੀਆਂ ਨੇ ਨਾ, ਉਹ ਕੇਵਲ ਉਸ ਬੱਚੇ ਤੇ ਬੱਚੀ ਵਾਸਤੇ ਨਹੀਂ ਹੁੰਦੀਆਂ, ਹੋਰ ਕਿਹਦੇ ਵਾਸਤੇ ਹੁੰਦੀਆਂ ਜੀ? ਸਾਡੇ ਸਾਰਿਆਂ ਲਈ ਹੁੰਦੀਆਂ ਜੀ। ਦੁਨਿਆਵੀ ਤੌਰ ਤੇ ਚਾਰ ਲਾਵਾਂ ਉਹ ਲੈ ਰਹੇ ਨੇ, ਉਹਨਾਂ ਦਾ ਆਨੰਦ ਕਾਰਜ ਹੋ ਰਿਹਾ, ਪਰ ਉਹ ਚਾਰ ਲਾਵਾਂ ਜਿਹੜੀਆਂ ਨੇ, ਸਾਡਾ ਪਰਮਾਤਮਾ ਦੇ ਨਾਲ ਆਨੰਦ ਕਾਰਜ ਹੈ, ਉਹ ਸਪਿਰਚੁਅਲ ਆਨੰਦ ਕਾਰਜ ਹੈ। ਪਤਾ ਨਹੀਂ ਕਿਹੜਾ ਸੰਗਤ ਵਿੱਚ ਬੈਠਾ ਉਹ ਲਾਵਾਂ ਨਾਲ ਜੁੜ ਗਿਆ ਤੇ ਉਹਦਾ ਅਕਾਲ ਪੁਰਖ ਪਤੀ ਦੇ ਨਾਲ ਆਨੰਦ ਕਾਰਜ ਹੋ ਗਿਆ। ਕਿਸੇ ਦਾ ਆਨੰਦ ਕਾਰਜ ਹੁੰਦਿਆਂ ਦੇਖ ਕੇ ਮੇਰਾ ਵੀ ਦਿਲ ਕਰਦਾ, ਵਾਹਿਗੁਰੂ ਮੇਰਾ ਵੀ ਆਨੰਦ ਕਾਰਜ ਹੋ ਜਾਏ। ਦੁਨਿਆਵੀ ਨਹੀਂ, ਦੁਨਿਆਵੀ ਤੇ ਹੋ ਗਿਆ ਜੀ। ਅਸੀਂ ਸਾਰੀਆਂ ਇਸਤਰੀਆਂ ਹਾਂ, ਜਗਤ ਵਿੱਚ ਇੱਕੋ ਪੁਰਖ ਹੈ, ਹੋਰ ਸਗਲੀ ਨਾਰ ਸਵਾਈ, ਸਾਰੀਆਂ ਨਾਰਾਂ ਵਾਂ। ਉਸ ਆਨੰਦ ਕਾਰਜ ਦੀ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਕਮਾਲ ਦੀ ਗੱਲ ਕਿ ਆਨੰਦ ਕਾਰਜ ਤੋਂ ਬਾਅਦ ਸਿੱਖਿਆ ਜ਼ਰੂਰ ਦਿੱਤੀ ਜਾਏ। ਸਤਿ ਸੰਗਤ ਜੀ, ਜਦੋਂ ਘਰਾਂ ਵਿੱਚ ਆਨੰਦ ਕਾਰਜ ਹੋਵੇ ਨਾ, ਤੇ ਜਿਹੜਾ ਗੁਰਦੁਆਰੇ ਦਾ ਸਮਾਗਮ ਹੈ, ਇਹਦੇ ਤੇ ਸਭ ਤੋਂ ਵੱਧ ਜ਼ੋਰ ਲਗਾਉਣਾ ਚਾਹੀਦਾ। ਆ ਮੈਂ ਵੀਰ ਜੀ ਦੇ ਹੱਥ ਭੇਜ ਦਾਂਗਾ, ਉੱਥੇ ਲੁਧਿਆਣੇ ਇੱਕ ਸੁਸਾਇਟੀ ਨੇ, ਸੁਕ੍ਰਿਤ ਟਰੱਸਟ ਨੇ ਬਣਾਇਆ ਇੱਕ ਫੋਲਡਰ, ਉੱਥੇ ਸਾਰੀਆਂ ਲਾਵਾਂ ਲਿਖੀਆਂ ਨੇ, ਉਹਦੇ ਅਰਥ ਇੰਗਲਿਸ਼ ਵਿੱਚ ਪੰਜਾਬੀ 'ਚ ਲਿਖੇ ਨੇ। ਕਿਤੇ ਵੀ ਆਨੰਦ ਕਾਰਜ ਹੁੰਦਾ, ਸਾਰੀ ਸੰਗਤ ਨੂੰ ਵੰਡ ਦਿੰਦੇ ਨੇ ਤੇ ਕਹਿੰਦੇ ਨੇ, ਜਦੋਂ ਲਾਵਾਂ ਹੋ ਰਹੀਆਂ ਨੇ, ਨਾਲ ਨਾਲ ਪੜ੍ਹੋ ਅਤੇ ਬੋਲੋ। ਔਰ ਰਹਿਤ ਮਰਿਆਦਾ ਉਹਦੇ ਵਿੱਚ ਲਿਖੀ ਹੈ, ਉਹਦੇ 'ਚ ਦਰਜ ਹੈ ਕਿ ਉਸ ਵੇਲੇ ਸਿੱਖਿਆ ਦਿੱਤੀ ਜਾਵੇ। ਕੀ ਸਿੱਖਿਆ ਦਿੱਤੀ ਜਾਵੇ? ਬੜੀ ਕਮਾਲ ਦੀ ਸਿੱਖਿਆ ਹੈ ਜੀ। ਕਹਿੰਦੇ ਨੇ, ਪਹਿਲਾਂ ਸਿੱਖਿਆ ਮੁੰਡੇ ਨੂੰ ਦਿੱਤੀ ਜਾਵੇ, ਫਿਰ ਕੁੜੀ ਨੂੰ ਦਿੱਤੀ ਜਾਵੇ, ਫਿਰ ਦੋਨਾਂ ਨੂੰ ਸਾਂਝੀ ਸਿੱਖਿਆ ਦਿੱਤੀ ਜਾਵੇ। ਸਮਾਂ ਹੋ ਗਿਆ, ਉਹਦੇ 'ਚ ਸਿਰਫ ਇੱਕ ਗੱਲ ਮੈਂ ਟੱਚ ਕਰਦਾ। ਉਹਦੇ 'ਚ ਲਿਖਿਆ ਜੇ ਕਿ ਲੜਕੇ ਨੂੰ ਇਹ ਸਮਝਾਇਆ ਜਾਵੇ ਕਿ ਅੱਜ ਤੋਂ ਬਾਅਦ ਤੂੰ ਲੜਕੀ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਦੇ ਤੁਲ ਸਨਮਾਨ ਦੇਣਾ ਹੈ। ਲੜਕੀ ਨੂੰ ਸਮਝਾਇਆ ਜਾਂਦਾ ਕਿ ਤੂੰ ਲੜਕੇ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਦੇ ਤੁਲ ਸਨਮਾਨ ਦੇਣਾ ਹੈ। ਸਾਡੇ ਘਰਾਂ 'ਚ ਬਹੁਤੀਆਂ ਲੜਾਈਆਂ ਇਹੀ ਜੇ, ਇਹ ਉਹਦਾ ਰਿਸ਼ਤੇਦਾਰ ਹੈ, ਉਹਦਾ ਰਿਸ਼ਤੇਦਾਰ ਹੈ, ਇਹ ਉਹਦੀ ਮਾਂ ਹੈ, ਉਹਦੀ ਮਾਂ ਹੈ। ਅਸੀਂ ਤੇ ਸਾਧ ਸੰਗਤ ਜੀ ਇੱਕ ਸ਼ਬਦ ਹੀ ਬਦਲ ਦਿੱਤਾ, ਇੰਗਲਿਸ਼ ਦੇ ਵਿੱਚ ਸਹੁਰੇ ਨੂੰ ਕੀ ਕਹਿੰਦੇ ਆ ਜੀ? ਫਾਦਰ ਇਨ ਲਾ। ਸੱਸ ਨੂੰ ਕੀ ਕਹਿੰਦੇ ਆ? ਮਦਰ ਇਨ ਲਾ। ਲਾ ਮੈਨੇ ਕਾਨੂੰਨ,
ਵੀ ਇਹ ਮੇਰੀ ਮਾਂ ਨਹੀਂ ਹੈਗੀ, ਕਾਨੂੰਨ ਤੌਰ ਤੇ ਮੇਰੀ ਮਾਂ ਬਣੀ ਹੈ, ਇਹ ਮੇਰਾ ਪਿਓ ਨਹੀਂ ਹੈਗਾ, ਇਹ ਕਾਨੂੰਨ ਤੌਰ ਤੇ ਮੇਰਾ ਪਿਓ ਬਣਿਆ। ਅਸੀਂ ਕਹਿੰਦੇ ਹਾਂ ਨਹੀਂ ਯਾਰ, ਇਹਨਾਂ ਨੂੰ ਕਹੋ ਹੁਣ ਫਾਦਰ ਇਨ ਲਵ, ਮਦਰ ਇਨ ਲਵ, ਸੰਕਲਪ ਹੀ ਬਦਲ ਦਿਓ, ਇਹ ਮੇਰੇ ਪਿਆਰੇ ਦੀ ਮਾਂ ਹੈ, ਜਾਂ ਪਿਆਰ ਕਰਕੇ ਮੇਰੀ ਮਾਤਾ ਹੈ, ਪਿਆਰ ਕਰਕੇ ਮੇਰਾ ਪਿਤਾ ਹੈ। ਪਰ ਅਸੀਂ ਆਪਣੀਆਂ ਬੱਚੀਆਂ ਨੂੰ ਤਿਆਰੀ ਕਿਵੇਂ ਦੀ ਕਰਾਉਂਦੇ ਹਾਂ? ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਘਰਾਂ 'ਚ ਕਿਹਾ ਜਾਂਦਾ, ਪਤਾ ਨਹੀਂ ਕਿਵੇਂ ਦੀ ਸੱਸ ਮਿਲਣੀ ਹੈ ਤੈਨੂੰ। ਅਸੀਂ ਸੱਸ ਨੂੰ ਬੜਾ ਭਿਆਨਕ ਰੂਪ ਦਿੱਤਾ ਹੋਇਆ। ਇਹ ਵੀ ਕਿਹਾ ਜਾਂਦਾ, ਕਹਿੰਦੇ ਜੀ ਸੱਪ ਵਿੱਚ ਇੱਕ ਸੱਸਾ ਹੁੰਦਾ ਅਤੇ ਸੱਸ ਵਿੱਚ ਦੋ ਸੱਸੇ, ਆਮ ਗੱਲ ਬਣੀ ਹੋਈ। ਅਸੀਂ ਕਿਹਾ ਇਹਨੂੰ ਬਦਲ ਦਿਓ, ਇਹ ਕਹੋ ਸੁੱਖ ਵਿੱਚ ਇੱਕ ਸੱਸਾ ਹੁੰਦਾ, ਸੱਸ ਵਿੱਚ ਦੋ ਸੱਸੇ ਹੁੰਦੇ। ਬਹੁਤੀਆਂ ਸੱਸਾਂ ਬਹੁਤ ਚੰਗੀਆਂ ਜੇ, ਅਸੀਂ ਐਵੇਂ ਉਹ ਟੀ ਵੀ ਵਾਲੀ ਲਲਿਤਾ ਪਵਾਰ ਨੂੰ ਹੀ ਸਾਰੀਆਂ ਉਹੋ ਜਿਹੀਆਂ ਬਣਾਤੀਆਂ ਨੇ। ਨਹੀਂ ਨਹੀਂ, ਉਹ ਸਾਡੀ ਮਾਂ ਹੈ, ਮਦਰ ਇਨ ਲਵ ਹੈ। ਅੰਡਰਸਟੈਂਡ ਕਰੀਏ ਇੱਕ ਦੂਜੇ ਨੂੰ, ਬੱਚੀ ਨੂੰ ਸਮਝਾ ਕੇ ਤੋਰੀਏ ਕਿ ਤੇਰੇ ਲਈ ਚੈਲੇਂਜ ਹੈ, ਤੂੰ ਉਸ ਪਰਿਵਾਰ ਦਾ ਦਿਲ ਜਿੱਤਣਾ। ਸਾਧ ਸਿੰਘ ਜੀ, ਪਰਿਵਾਰਾਂ ਵਿੱਚ ਪਿਆਰ ਤਾਂ ਹੀ ਹੋਏਗਾ। ਬੜੀ ਦੁੱਖ ਦੀ ਗੱਲ, ਐਸੀ ਅਵਸਥਾ ਬਣੀ ਪਈ ਹੈ ਕਿ ਅੰਮ੍ਰਿਤਧਾਰੀ ਪਰਿਵਾਰਾਂ ਵਿੱਚ ਵੀ ਤਲਾਕ ਹੋਣੇ ਸ਼ੁਰੂ ਹੋ ਗਏ। ਲੁਧਿਆਣੇ ਇੱਕ ਪਰਿਵਾਰ ਦੀ ਗੱਲ, ਇੱਕ ਮਹੱਲੇ ਦੀ ਗੱਲ, ਮੈਂ ਨਾਮ ਨਹੀਂ ਲਵਾਂਗਾ, ਸਾਡੀ ਯੂਨੀਵਰਸਿਟੀ ਦੇ ਇੱਕ ਸਾਇੰਟਿਸਟ ਨੇ ਮੈਨੂੰ ਕਿਹਾ, ਕਹਿੰਦੇ ਡਾਕਟਰ ਸਾਹਿਬ ਅਸੀਂ ਪਿੱਛੇ ਘਰ ਬੈਠੇ ਗੱਲ ਕਰਦੇ ਸੀ, ਸਾਡੇ ਮਹੱਲੇ ਦੇ ਵਿੱਚ 2 ਸਾਲਾਂ ਵਿੱਚ 10 ਵਿਆਹ ਹੋਏ, ਉਹਨਾਂ ਵਿੱਚੋਂ 7 ਤਲਾਕ ਹੋ ਗਏ। ਵਾਹਿਗੁਰੂ। ਇਹ ਵਿਦੇਸ਼ਾਂ ਵਿੱਚ ਸੁਣਦੇ ਹੁੰਦੇ ਸੀ ਵੀ ਉੱਥੇ ਦਾ ਸਮਾਜ ਇਹੋ ਜਿਹਾ, ਇਹ ਪੰਜਾਬ ਵੀ ਇਹੋ ਜਿਹਾ ਬਣੀ ਜਾ ਰਿਹਾ। ਸਾਨੂੰ ਸੋਚਣਾ ਪਏਗਾ ਵੀ ਕਿੱਥੇ ਕਮੀ ਹੈ। ਬਾਣੀ ਅਸੀਂ ਸਾਰੇ ਪੜ੍ਹ ਰਹੇ ਹਾਂ, ਫਿਰ ਵੀ ਮਨ ਨਹੀਂ ਬਦਲ ਰਹੇ, ਆਪਣੇ ਮਨ ਨਾਲ ਝਗੜਾ ਹੀ ਨਹੀਂ ਕਰ ਰਹੇ, ਝੁਕਣਾ ਹੀ ਨਹੀਂ ਜਾਂਦਾ, ਕੋਈ ਨਹੀਂ ਝੁਕਦਾ। ਉਹ ਕਹਿੰਦਾ ਉਹਨੇ ਐਵੇਂ ਕਿਉਂ ਕਿਹਾ, ਮੈਂ ਐਵੇਂ ਕਿਉਂ, ਮੈਂ ਵੀ ਕਹਾਂਗਾ। ਇੱਕ ਵੀਰ ਨੇ ਬੜੀ ਪਿਆਰੀ ਗੱਲ ਸੁਣਾਈ, ਕਹਿੰਦੇ ਮੇਰਾ ਵਿਆਹ ਹੋਇਆ ਅਤੇ ਮੈਂ ਸੋਚਿਆ ਵੀ ਅਸੀਂ ਲੜਨਾ ਨਹੀਂ, ਪਰ ਲੜਾਈ ਹੋ ਜਾਂਦੀ ਸੀ। ਕਹਿੰਦਾ ਫਿਰ ਮੈਂ ਫੈਸਲਾ ਕੀਤਾ, ਪਹਿਲ ਮੈਂ ਨਹੀਂ ਕਰਨੀ, ਜੇ ਵਾਈਫ ਕੁਛ ਕਹੇਗੀ ਫਿਰ ਮੈਂ ਜਵਾਬ ਤਾਂ ਦਿਆਂਗਾ ਹੀ ਦਿਆਂਗਾ ਨਾ। ਕਹਿੰਦਾ ਜੀ ਥੋੜ੍ਹਾ ਸਮਾਂ ਬੀਤਿਆ, ਮੇਰੇ ਮਨ 'ਚ ਆਇਆ, ਪਾਠ ਕਰਦੇ ਸੀ ਵੀ ਨਹੀਂ, ਮੈਂ ਜਵਾਬ ਨਹੀਂ ਦੇਣਾ, ਜੇ ਉਹ ਭੈੜਾ ਕਰਦੀ ਹੈ ਨਾ ਵਾਹਿਗੁਰੂ ਇਹਨੂੰ ਸਜ਼ਾ ਦੇਗਾ। ਪਹਿਲਾਂ 100 ਵਿੱਚੋਂ 50 ਵਾਰੀ ਉਹਨੇ ਕਰਨਾ, 50 ਮੈਂ ਕਰਨੇ, ਜਦੋਂ ਮੈਂ ਆਪਣੇ 50 ਛੱਡਤੇ ਅੱਧੀ ਲੜਾਈ ਤਾਂ ਖਤਮ ਹੋ ਗਈ ਨਾ, ਮੈਂ ਵਾਹਿਗੁਰੂ ਤਾਂ ਛੱਡਤਾ ਵੀ ਇਹਨੂੰ ਸਜ਼ਾ ਦਿਓ। ਕਹਿੰਦੇ ਜੀ ਹੋਰ ਬਾਣੀ ਪੜ੍ਹੀ, ਹੋਰ ਥੋੜ੍ਹਾ ਵਿਕਾਸ ਹੋਇਆ ਅਤੇ ਮਨ ਵਿੱਚ ਆਇਆ ਵੀ ਨਹੀਂ ਵਾਹਿਗੁਰੂ ਇਹਨੂੰ ਖਿਮਾ ਕਰ ਦੇ, ਇਹਨੂੰ ਪਤਾ ਨਹੀਂ ਇਹ ਕੀ ਕਹਿ ਰਹੀ। ਇਹ ਸਾਡਾ ਸਪਿਰਿਚੁਅਲ ਵਿਕਾਸ ਜੀ, ਜੇ ਸਾਡੇ ਅੰਦਰ ਇਹ ਸੁਭਾਅ ਨਹੀਂ ਬਦਲਦਾ, ਜੇ ਬਦਲਾ ਲਊ ਨੀਤੀ ਹੈ, ਜੇ ਅਸੀਂ ਸਹਿਨਸ਼ੀਲਤਾ ਨਹੀਂ ਹੈ, ਧੀਰਜ ਨਹੀਂ ਹੈ, ਜਤ ਪਹਾਰਾ ਧੀਰਜ ਸੁਨਿਆ। ਇਹ ਧੀਰਜ ਦਾ ਗੁਣ ਬਹੁਤ ਵੱਡਾ ਗੁਣ ਹੈ। ਤੁਹਾਡੇ ਕੋਲ ਤਾਕਤ ਹੈ ਫਿਰ ਵੀ ਤੁਸੀਂ ਸਹਿ ਰਹੇ ਹੋ, ਹਰ ਵਾਰੀ ਨਹੀਂ, ਕਦੇ ਕਦੇ ਸਹਿਣਾ ਵੀ ਚਾਹੀਦਾ। ਕਹਿੰਦੇ ਜਿੱਤਿਆ ਕੇਵਲ ਉਹ ਨਹੀਂ ਜੋ ਕਹਿ ਗਿਆ, ਜਿੱਤਿਆ ਉਹ ਜੋ ਸਹਿ ਗਿਆ। ਚੁੱਪ ਹੋ ਜਾਓ, ਸਹਿ ਜਾਓ, ਕਦੇ ਕਦੇ ਇਸ ਤਰ੍ਹਾਂ ਵੀ ਕਰਕੇ ਦੇਖੋ, ਘਰਾਂ ਵਿੱਚ ਸ਼ਾਂਤੀ ਆ ਜਾਏਗੀ। ਆਓ ਗੁਰੂ ਪਿਆਰਿਓ, ਬਾਣੀ ਪੜ੍ਹਨ ਵਾਲੇ, ਗੁਰਦੁਆਰੇ ਆਉਣ ਵਾਲੇ, ਅਖੀਰਲੀ ਮੈਂ ਬੇਨਤੀ ਇਹ ਕਰਾਂਗਾ, ਜ਼ਰੂਰ ਆਪਣੇ ਆਪ ਨੂੰ ਤੋਲਿਆ ਕਰੀਏ, ਆਪਣੇ ਆਪ ਦੀ ਟੈਸਟ ਲਿਆ ਕਰੀਏ ਕਿ ਮੇਰੀ ਬਾਣੀ ਪੜ੍ਹੀ ਪ੍ਰਵਾਨ ਹੋ ਰਹੀ ਹੈ ਕਿ ਨਹੀਂ ਹੋ ਰਹੀ। ਕਿਵੇਂ ਪਤਾ ਲੱਗੇਗਾ ਜੀ, ਕਿਵੇਂ ਪਤਾ ਲੱਗੇਗਾ ਕਿ ਮੈਂ ਜੋ ਬਾਣੀ ਪੜ੍ਹੀ ਹੈ, ਰੋਜ਼ ਗੁਰਦੁਆਰੇ ਜਾ ਰਿਹਾ, ਵੀ ਇਹ ਗੁਰੂ ਸਾਹਿਬ ਨੇ ਮੈਨੂੰ ਪ੍ਰਵਾਨ ਕੀਤਾ ਕਿ ਨਹੀਂ ਕੀਤਾ? ਦੱਸੋ ਜੀ ਕਿਵੇਂ ਪਤਾ ਲੱਗੇਗਾ? ਹਫ਼ਤੇ ਬਾਅਦ, ਮਹੀਨੇ ਬਾਅਦ, ਸਾਲ ਬਾਅਦ ਸਾਡਾ ਗੁੱਸਾ ਘਟਣਾ ਸ਼ੁਰੂ ਹੋ ਜਾਏਗਾ, ਸਾਡਾ ਤਿਆਗ ਵਧਣਾ ਸ਼ੁਰੂ ਹੋ ਜਾਏਗਾ, ਸਾਡਾ ਸਹਿਜ ਵਧਣਾ ਸ਼ੁਰੂ ਹੋ ਜਾਏਗਾ, ਸਾਡਾ ਲੋਭ ਘਟਣਾ ਸ਼ੁਰੂ ਹੋ ਜਾਏਗਾ। ਅਤੇ ਜੇ ਗੁੱਸਾ ਹਾਲੀ ਉਵੇਂ ਦਾ ਹੀ ਉਵੇਂ ਹੈ, ਅਹੰਕਾਰ ਉਵੇਂ ਦਾ ਉਵੇਂ ਹੈ, ਫਿਰ ਸਮਝ ਲਓ ਸਾਡੀ ਭਗਤੀ ਥਾਂ ਨਹੀਂ ਪਈ। ਮੈਂ ਤਾਂ ਕਹਿੰਦਾ ਜ਼ਰੂਰ ਦੇਖਿਆ ਕਰੀਏ ਜੀ, ਸੋਏ ਅਚਿੰਤਾ ਜਾਗ ਅਚਿੰਤਾ। ਮਹੀਨੇ 'ਚ ਕਿੰਨੀਆਂ ਰਾਤਾਂ ਲੇਟਦੇ ਹੀ ਬੜੀ ਵਧੀਆ ਨੀਂਦ ਆ ਗਈ,
ਮਹੀਨੇ ਵਿੱਚ ਕਿੰਨੇ ਸਵੇਰ ਉੱਠਦਿਆਂ ਹੀ ਬੜੇ ਚਾਅ ਨਾਲ ਉੱਠੇ, ਬੜੇ ਆਨੰਦ ਨਾਲ ਉੱਠੇ। ਜੇ ਤਾਂ ਸੋਏ ਅਚਿੰਤਾ ਜਾਗ ਅਚਿੰਤਾ ਦੀਆਂ ਰਾਤਾਂ ਤੇ ਦਿਨਾਂ ਦੀ ਗਿਣਤੀ ਵੱਧ ਰਹੀ ਹੈ, ਸਮਝ ਲਓ ਸਾਡੀ ਭਗਤੀ ਠੀਕ ਹੋ ਰਹੀ ਹੈ। ਜੇ ਉੱਥੇ ਹੀ ਖੜੀ ਹੈ ਜਾਂ ਪਿੱਛੇ ਜਾ ਰਹੀ ਹੈ, ਸਮਝ ਲਓ ਮੈਂ ਕੇਵਲ ਬਾਣੀ ਦਾ ਨੇਮ ਪੂਰਾ ਕਰ ਰਿਹਾ, ਮੇਰਾ ਪ੍ਰੇਮ ਨਹੀਂ ਬਣਿਆ। ਪਹਿਲਾਂ ਨੇਮ ਜ਼ਰੂਰੀ ਹੈ, ਪਰ ਕੇਵਲ ਨੇਮ 'ਤੇ ਨਹੀਂ ਰੁਕ ਜਾਣਾ, ਪ੍ਰੇਮ ਬਣਾਉਣਾ। ਅਤੇ ਜਦੋਂ ਪ੍ਰੇਮ ਬਣੇਗਾ, ਸਾਡਾ ਮਨ ਆਪਣੇ ਆਪ ਨਾਲ ਜੂਝੇਗਾ, ਅਸੀਂ ਆਪਣੇ ਆਪ ਨੂੰ ਸਮਝਾਵਾਂਗੇ, ਨਿਮਰਤਾ ਵਿੱਚ ਆਵਾਂਗੇ, ਸਾਡੇ ਪਰਿਵਾਰਾਂ ਵਿੱਚ ਆਨੰਦ ਆਏਗਾ, ਚੜ੍ਹਦੀ ਕਲਾ ਆਏਗੀ। ਸਾਧ ਸੰਗਤ ਜੀ, ਇੰਨੇ ਬਚਨ ਪ੍ਰਵਾਨ ਕਰਨੇ, ਆਪ ਇੱਥੇ ਦੀ ਸੰਗਤ ਬਹੁਤ ਵਧਾਈ ਦੀ ਪਾਤਰ ਹੋ। ਮੈਨੂੰ ਵੀਰ ਜੀ ਨੇ ਦੱਸਿਆ ਕਿ ਇੱਥੇ ਸਾਰੀ ਸੰਗਤ, ਬਹੁਤ ਹੀ ਸੰਗਤ ਆਪ ਸਹਿਜ ਪਾਠ ਕਰਦੀ ਹੈ, ਅਸੀਂ ਪਾਠ ਕਰਾਉਂਦੇ ਨਹੀਂ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੀ ਫੁਰਮਾਨ ਨਹੀਂ ਜੇ ਕਿ ਪਾਠ ਕਰਾਓ ਤੇ ਸੁੱਖ ਮਿਲੇਗਾ। ਕੀ ਹੈਗਾ ਦੱਸੋ ਜੀ, ਪਤਾ ਨਹੀਂ ਸਾਨੂੰ ਕੀ ਹੋ ਗਿਆ। ਅਸੀਂ ਕਹਿੰਦੇ ਹਾਂ ਭਾਈ ਸਾਹਿਬ ਲਓ ਜੀ 2100, 3100, 5100 ਪਾਠ ਕਰ ਦਿਓ, ਸਾਡੇ ਘਰ ਸੁੱਖ ਆ ਜਾਏ। ਉਹ ਆਉਂਦਾ ਹੀ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਏਦਾਂ ਨਹੀਂ ਹੋਣਾ। ਆਪ ਪਾਠ ਕਰੀਏ, ਸਹਿਜ ਪਾਠ ਕਰੀਏ, ਵਿਚਾਰ ਕਰੀਏ, ਆਪਣੇ ਮਨ ਨਾਲ ਜੂਝੀਏ, ਫਿਰ ਘਰਾਂ ਦੇ ਵਿੱਚ ਜੀਵਨ ਵਿੱਚ ਆਨੰਦ ਹੀ ਆਨੰਦ ਆਏਗਾ। ਇੰਨੇ ਕੁ ਅੱਖਰ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਲਈ ਖਿਮਾ। ਫਤਿਹ ਬੁਲਾਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਅੱਜ 12ਵੇਂ ਦਿਨ ਦੇ ਦੀਵਾਨ ਸਜੇ ਦੀਵਾਨਾਂ ਵਿੱਚ ਭਾਈ ਸਾਹਿਬਜੀਤ ਸਿੰਘ ਜੀ, ਵੀਰ ਜੀ ਲੁਧਿਆਣੇ ਵਾਲੇ, ਇਹਨਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਹਾਜ਼ਰੀ ਭਰੀ ਹੈ। ਸੋ ਸਰਬ ਸੰਗਤਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਜੀ ਹੁਣ ਸੰਗਤੀ ਦੇ ਰੂਪ ਵਿੱਚ ਆਨੰਦ ਸਾਹਿਬ ਜੀ ਦੇ ਪਾਠ ਦੇ ਜਾਪ ਉਪਰੰਤ ਅਰਦਾਸ ਬੇਨਤੀ ਸਮਾਪਤ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਂ।